ਗਰਤ ਕੱਢੀ ਪਈ ਆ ਦੇਵ ਕਰੌੜ ਨੇ ਜੀਟਾ ਸਾਰੀਆਂ ਬੁੱਤ ਸੀਗੀਆਂ ਉਹਨੇ ਵੇਖਿਆ ਤੂੰ ਪਹਿਲਾਂ ਵੀ ਆ ਤੀਜੀ ਮੈਂ ਤਾਂ ਕਹਿੰਦਾ ਹੋਰ ਬਣਾਉਣ ਸਵਾਲ ਮੈਂ ਹੋਈ ਵੀ ਵੇਖੀ ਮਤਲਬ ਵੀਰੇ ਗਾਂਧੀ ਬਾਈ ਗਾਂਧੀ ਹੋ ਰਹੀ ਹੈ ਬਸ ਬਾਈ ਬਹੁਤ ਸੋਹਣੀ ਫਿਲਮ ਆ ਯਾਰ ਬਹੁਤ ਜ਼ਿਆਦਾ ਜਿੰਨੇ ਵੀ ਮਤਲਬ ਕਿ ਐਕਸ਼ਨ ਸ਼ੂਟ ਕੀਤੇ ਨੇ ਬਹੁਤ ਵਧੀਆ ਤੇ ਸਾਰੇ ਜੇਲ੍ਹ ਵਾਲੇ ਸ਼ੂਟ ਜਿੰਨੇ ਵੀ ਕੀਤੇ ਨੇ ਤੇ ਉਹਨਾਂ ਦੇ ਡਾਇਲੋਗ ਬਹੁਤ ਜ਼ਿਆਦਾ ਘੈਂਟ ਸੀ ਗਾਂਧੀ 3 ਬਹੁਤ ਅੱਛੀ ਫਿਲਮ ਹੈ ਮੈਂ ਫੈਨ ਹਾਂ ਦੇਵ ਕਰੌੜ ਦਾ ਬਹੁਤ ਘੈਂਟ ਫਿਲਮ ਕੱਢੀ ਉਹਨਾਂ ਨੇ ਵੀਰੇ ਧੀਆ ਪੈਣਾ ਦੀ ਇੱਜ਼ਤ ਕੀਤੀ ਫੁੱਲ ਉਹਨਾਂ ਨੇ ਗਾਂਧੀ ਯਾਰਾਂ ਦਾ ਯਾਰ ਹੈ ਤੇ ਯਾਰਾਂ ਦਾ ਯਾਰ ਹੀ ਰਹੂਗਾ ਯਾਰੀ ਦੀ ਮਿਸਾਲ ਹੈ ਹੋਰ ਤੋਂ ਪਤਾ ਕੋਈ ਹੈ ਨਹੀਂ ਆਪਾਂ ਦੇਵ ਬਾਈ ਨੂੰ ਕਹਾਂਗੇ ਇਹੋ ਜਿਹੀ ਫਿਲਮਾਂ ਹੋ ਜਾਂਦੇ ਰਹਿਣ ਆਪਣਾ ਕਿਤੇ ਨਾ ਕਿਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਗੱਲ ਕੀਤੀ ਗਈ ਆ ਤਾਂ ਵਧੀਆ ਵਾ ਜਨਤਾ ਨੂੰ ਹਮੇਸ਼ਾ ਹੀ ਚਾਹੀਦਾ ਵਾ ਕਿ ਇੱਕ ਚੰਗਾ ਜਿਹੜਾ ਮੈਸੇਜ ਹੁੰਦਾ ਨਾ ਉਹਨੂੰ ਹਮੇਸ਼ਾ ਹੀ ਜਿਹੜਾ ਵਾ ਫਿਲਮ ਦੇ ਵਿੱਚੋਂ ਕੋਈ ਮੈਸੇਜ ਮਿਲੇ ਉਹਨੂੰ ਜ਼ਰੂਰ ਅਪਣਾਉਣਾ ਚਾਹੀਦਾ ਲਾਈਫ ਦੇ ਵਿੱਚ ਯਾਰਾਂ ਨਾਲ ਆਏ ਆ ਤੇ ਫਿਲਮ ਹੀ ਯਾਰਾਂ ਵਾਲੀ ਆ ਹਾਂ ਪੂਰਾ ਸਿਰਾ ਲਾਇਆ ਐਂਡ ਲਾਈ ਉਹਨੇ ਨਹੀਂ ਤਾਂ ਮੈਂ ਮੂਵੀ ਬਹੁਤ ਘੱਟ ਦੇਖਦੀ ਹਾਂ ਮਜ਼ਾ ਆ ਗਿਆ ਫਿਲਮ ਦੇਖ ਕੇ ਗਾਂਧੀ ਦਾ ਹੁਣ ਪਤਾ ਲੱਗਦਾ ਰੁਤਬਾ ਕਿੱਡਾ ਸੀਗਾ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਜਿੰਦਾਬਾਦ ਗਾਂਧੀ ਬਾਈ ਜਿੰਦਾਬਾਦ ਅੱਜ ਕੱਲ੍ਹ ਕੋਈ ਗਾਂਧੀ ਨਹੀਂ ਆਉਣਾ ਕੁੜੀਆਂ ਨੂੰ ਖੁਦ ਹੀ ਗਾਂਧੀ ਬਣਨਾ ਪੈਣਾ ਤੁਸੀਂ ਕਹਿੰਦੇ ਜੇ ਦੇਵ ਸਰ ਦੀ ਮੂਵੀ ਹੈ ਤਾਂ ਚੜੇਗੀ ਤਾਂ ਸਹੀ ਬੱਲੇ ਬੱਲੇ ਤਾਂ ਹੋਏਗੀ ਹੈ ਨਾ ਹਾਂਜੀ ਕਿੱਦਾਂ ਲੱਗੀ ਮੂਵੀ ਦੇਖ ਕੇ ਆਏ ਹੋ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਪੰਜਾਬੀ ਫਿਲਮ ਬਹੁਤ ਵਧੀਆ ਨਹੀਂ ਤਾਂ ਮੈਂ ਮੂਵੀ ਬਹੁਤ ਘੱਟ ਦੇਖਦੀ ਹਾਂ ਮਜ਼ਾ ਆ ਗਿਆ ਫਿਲਮ ਦੇਖ ਕੇ ਸ਼ਕਲ ਦੇਖ ਤਾਂ ਹੀ ਦੇਖਣ ਆਦੇ ਮੈਂ 15 ਸਾਲ ਬਾਅਦ ਆਈ ਆ ਅੱਛਾ ਮਾਰ ਧਾੜ ਵਾਲੀ ਫਿਲਮ ਵਧੀਆ ਲੱਗੀ ਮਤਲਬ ਮਾਰ ਸਟੋਰੀ ਬਹੁਤ ਅੱਛੀ ਹੈ ਇਹਦੀ ਮਾਰ ਧਾੜ ਦੇ ਘੱਟ ਲੇਕਿਨ ਸਟੋਰੀ ਬਹੁਤ ਅੱਛੀ ਹੈ ਇੱਕ ਜਿਹੜੇ ਦੋਸਤੀ ਦਿਖਾਈ ਗਈ ਆ ਜਿਹੜੇ ਇੱਕ ਚੰਗੇ ਬੰਦੇ ਦਾ ਜਿਹੜਾ ਹੁੰਦਾ ਇੱਕ ਜ਼ਿੰਦਗੀ ਇਨਸਾਨੀਅਤ ਹੋਣੀ ਚਾਹੀਦੀ ਹੈ ਇਨਸਾਨੀਅਤ ਬਹੁਤ ਜ਼ਰੂਰੀ ਹੈ ਵੀ ਇਹ ਨਹੀਂ ਹੈਗਾ ਰਿਸ਼ਤੇਦਾਰ ਨਾਲ ਖੜਨਾ ਜਿਹੜੇ ਬਗੈਰ ਵੀ ਖੜਦੇ ਨੇ ਲੋਕ ਬਿਲਕੁਲ ਬਿਲਕੁਲ ਕਿਵੇਂ ਲੱਗਿਆ ਫਿਲਮ ਦੇ ਅਸੀਂ ਦੇਖਿਆ ਵੀ ਤੁਸੀਂ ਹੋਣ ਦੇ ਤੇ ਉਸ ਦੇ ਲੁੱਕ 'ਚ ਬੜਾ ਫਰਕ ਹੈਗਾ ਲੁੱਕਸ ਤਾਂ ਇਦਾਂ ਹੀ ਆ ਆਰਟਿਸਟ ਆ ਲੁੱਕਸ ਤਾਂ ਅਸੀਂ ਐ ਚੇਂਜ ਕਰ ਲਈਦੀ ਆ ਨਾਲ ਦੇ ਪੁੱਛਿਆ ਮੈਂ ਕਿ ਕੌਣ ਹੈਗੇ ਨੇ ਮੈਂ ਕਿ ਫਿਲਮ ਹੈ ਕਿਨੇ ਫਿਲਮ ਵਾਲੀ ਨੇ ਮੈਂ ਕਿ ਤਾਂ ਜਮੇ ਹੀ ਓ ਮਾਈ ਗੋਡ ਸੱਚ ਅ ਬਿਗ ਕੰਪਲੀਮੈਂਟ ਫॉर ਮੀ ਥੈਂਕ ਯੂ ਸੋ ਮੱਚ ਐਕਟਰ ਵਾਕਈ ਐਕਟਰ ਹੁੰਦੇ ਤੁਸੀਂ ਦੇਖ ਲਿਆ ਬਿਲਕੁਲ ਜੀ ਕਿਵੇਂ ਲੱਗਿਆ ਫਿਰ ਜਿਹੀ ਫਿਲਮ 'ਚ ਹੁਣ ਤੁਸੀਂ ਐਜ਼ ਏ ਪਲੇਅਰ ਹੈਗੇ ਸੀ ਕਿਉਂਕਿ ਇਹ ਚੀਜ਼ਾਂ ਅਸਲੀਅਤ 'ਚ ਵੀ ਅਸੀਂ ਦੇਖੀਆਂ ਨੇ ਕਈ ਜਗ੍ਹਾ ਤੇ ਹੋਈਆਂ ਨੇ ਸੱਚੀਆਂ ਕਹਾਣੀਆਂ ਨੇ ਸੱਚੀਆਂ ਕਹਾਣੀਆਂ ਤੋਂ ਇਨਸਪਾਇਰ ਹੋ ਕੇ ਜਿਹੜੇ ਆ ਫਿਲਮ ਮੇਕਰਸ ਆ ਉਹ ਸਟੋਰੀਜ਼ ਬਣਾਉਂਦੇ ਆ ਨਾਲੇ ਅੱਜ ਕੱਲ੍ਹ ਦੀ ਤਾਂ ਡਿਮਾਂਡ ਹੀ ਹੈ ਨਾ ਕਿ ਕੁੜੀਆਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਣਾ ਹੈ ਅੱਜ ਕੱਲ੍ਹ ਕੋਈ ਗਾਂਧੀ ਨਹੀਂ ਆਉਣਾ ਕੁੜੀਆਂ ਨੂੰ ਖੁਦ ਹੀ ਗਾਂਧੀ ਬਣਨਾ ਪੈਣਾ ਖੁਦ ਬਣਨਾ ਪੈਣਾ ਸੋ ਆਵਾਜ਼ ਉਠਾਓ ਲੋਕਾਂ ਨੂੰ ਨਾ ਉਡੀਕੋ ਕਿ ਕੋਈ ਆ ਕੇ ਸਾਡੀ ਮਦਦ ਕਰੂਗਾ ਆਪ ਹੀ ਮਦਦ ਕਰੋ ਜ਼ਿੰਦਗੀ 'ਚ ਕਦੇ ਚੱਕਿਆ ਕਦੇ ਬਣਿਆ ਗਾਂਧੀ ਤੁਸੀਂ ਕਦੇ ਤੁਹਾਡੇ ਜਜ਼ਬਾ ਜਾਗਿਆ ਕਦੇ ਮੇਰੇ ਪਾਪਾ ਹੀ ਸਾਡੀ ਇਨਸਪੀਰੇਸ਼ਨ ਨੇ ਉਹ ਹੀ ਜਸਟ ਲਾਈਕ ਅ ਗਾਂਧੀ ਜੋ ਸੀਗੇ ਤੇ ਉਹਨਾਂ ਨੇ ਸਾਨੂੰ ਅਸੀਂ 3 ਭੈਣਾਂ ਆ ਤੇ ਮੇਰੇ ਪਾਪਾ ਨੇ ਸਾਨੂੰ ਪੁੱਤਾਂ ਵਾਂਗ ਪਾਲਿਆ ਸ਼ੋ ਹਾਂ ਅਸੀਂ 3 ਭੈਣਾਂ ਹੀ ਆ ਸਾਨੂੰ ਪੁੱਤਾਂ ਵਾਂਗ ਪਾਲਿਆ ਸਾਨੂੰ ਗਾਂਧੀ ਪੜਨਾ ਸਿਖਾਇਆ ਉਹਨਾਂ ਨੇ ਬਚਪਨ ਤੋਂ ਨਹੀਂ ਕਿਹਾ ਵੀ ਮਤਲਬ ਸਾਡੀ ਕੁੜੀਆਂ ਹੈਗੇ ਨਹੀਂ ਮੰਨਿਆ ਨਹੀਂ ਉਹਨਾਂ ਨੇ ਇਹ ਕਿਹਾ ਜੇ ਬਾਹਰ ਕੋਈ ਪ੍ਰੋਬਲਮ ਆ ਪੁੱਤ ਮਤਲਬ ਸੋਲਵ ਕਰਕੇ ਆਈ ਘਰੇ ਘਰੇ ਨਹੀਂ ਆ ਕੇ ਲਾਂਭਾ ਨਹੀਂ ਦੇਣਾ ਘਰੇ ਲਾਂਭਾ ਨਹੀਂ ਦੇਣਾ ਬਾਹਰ ਦੀ ਬਾਹਰ ਆਪਣੇ ਮੁੱਦੇ ਸੌਟ ਕਰੋ ਜਿੱਥੇ ਲੋੜ ਹੈ ਜਿੱਥੇ ਆਪ ਨਹੀਂ ਖੜ ਸਕਦੇ ਉੱਥੇ ਆ ਕੇ ਅਸੀਂ ਖੜਾਂਗੇ ਪਰ ਪਹਿਲਾਂ ਆਪ ਖੜੋ ਮੈਂ ਸੈਂਟਰ ਵਾਲੀ ਆ ਇਹ ਤਾਂ ਹੋਰ ਦਵਾਂਗੇ ਵੱਡੇ ਤਾਂ ਬਹੁਤ ਦਵਾਂਗੇ ਨੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਥੈਂਕ ਯੂ ਜੀ ਮਤਲਬ ਪਰਿਵਾਰ ਨਾਲ ਦੇਖਣ ਆਏ ਹਾਂਜੀ ਪਰਿਵਾਰ ਨਾਲ ਦੇਖਣ ਆਏ ਲੱਗਿਆ ਵਧੀਆ ਫਿਲਮ 'ਚ ਫਿਲਮ ਦਾ ਮਤਲਬ ਤੁਸੀਂ ਕਹਿੰਦੇ ਜੇ ਦੇਵ ਸਰ ਦੀ ਮੂਵੀ ਹੈ ਤਾਂ ਚੜੇਗੀ ਤਾਂ ਸਹੀ ਬੱਲੇ ਬੱਲੇ ਤਾਂ ਹੋਏਗੀ ਹੈ ਨਾ ਮਤਲਬ ਡਿਫਰੈਂਟ ਕਹਿੰਦਾ ਦੇਖੋ ਪਹਿਲਾਂ ਵੀ 2 ਉਹਦੀਆਂ ਦੀ ਮੂਵੀਜ਼ ਚੜੀਆਂ ਨੇ ਗਾਂਧੀ 3 ਹੈ ਨਾ ਅਤੇ ਹੁਣ ਇਹ ਗਾਂਧੀ 3 ਚੜ ਰਹੀ ਹੈ ਅਤੇ ਮੈਂ ਤਾਂ ਕਹਿੰਦੀ ਹਾਂ ਟੌਪ 'ਤੇ ਜਾਏਗੀ ਨੰਬਰ 1 ਬਲੌਕਬਸਟਰ ਦੇਵ ਦੇ ਫੈਨ ਹੈਗੇ ਹੋ ਫੈਨ ਵੀ ਹਾਂ ਜੀ ਅਸੀਂ ਕੰਮ ਵੀ ਕਰਦੇ ਹਾਂ ਉਹਨਾਂ ਨਾਲ ਖੁਦ ਆਰਟਿਸਟ ਵੀ ਹਾਂ ਮੈਂ ਹੈ ਨਾ ਸੋ ਮਤਲਬ ਆਰਟਿਸਟ ਦੇ ਚਲੋ ਇੱਕ ਦੇਵ ਦੇ ਜਿਹੜਾ ਇੱਕ ਉਹਨਾਂ ਦਾ
ਇੱਕ ਆਪਣਾ ਇੱਕ ਵੱਖਰਾ ਹੀ ਅੰਦਾਜ਼ ਹੈਗਾ ਇੰਡਸਟਰੀ 'ਚ। ਸਹੀ ਗੱਲ ਹੈ, ਉਹਨਾਂ ਦੇ ਕੰਮ ਦਾ ਵੀ ਵੱਖਰਾ ਅੰਦਾਜ਼ ਹੈ, ਉਹਨਾਂ ਦਾ ਚੱਲਣ ਦਾ ਵੀ ਵੱਖਰਾ ਅੰਦਾਜ਼ ਹੈ, ਉਹਨਾਂ ਦੀ ਗੱਲਬਾਤ ਕਰਨ ਦਾ ਵੀ ਵੱਖਰਾ ਅੰਦਾਜ਼ ਹੈ। ਇਹ ਨਹੀਂ ਹੈਗਾ ਵੀ ਕਿਸੇ ਦੀ ਕਾਪੀ ਨਹੀਂ ਕਰਦੇ, ਮਤਲਬ ਪੰਜਾਬੀ ਇੰਡਸਟਰੀ 'ਚ ਖਾਸ ਕਰ ਨੈਚੁਰਲ ਹੁੰਦਾ ਨਾ, ਨੈਚੁਰਲ ਉਹ ਚੀਜ਼ ਹੈ ਉਹਨਾਂ ਦੇ ਵਿੱਚ, ਕੋਈ ਐਕਟਿੰਗ ਨਹੀਂ ਹੈ, ਕੁਛ ਨਹੀਂ ਹੈ, ਸਿਰਫ ਇੱਕ ਨੈਚੁਰਲ ਦੀ ਵਜ੍ਹਾ ਨਾਲ ਉਹ ਦੌੜ ਰਹੇ ਨੇ। ਨਹੀਂ ਹੈਗੇ ਰੀਅਲ ਲਾਈਫ ਵਿੱਚ ਵੀ ਇੱਦਾਂ ਦੇ, ਐਕਟਿੰਗ ਨਹੀਂ ਹੈ ਕੋਈ। ਵੀਰੇ ਕਿਹੜੀ ਫਿਲਮ ਦੇਖ ਕੇ ਆਏ ਤੁਸੀਂ? ਦਪਿੰਦਰ ਗਾਂਧੀ 3 ਕਿੱਦਾਂ ਲੱਗੀ ਫਿਲਮ ਤੁਹਾਨੂੰ? ਬਹੁਤ ਘੈਂਟ ਲੱਗੀ, ਬਹੁਤ ਜ਼ਿਆਦਾ ਵਧੀਆ ਫਿਲਮ ਸੀਗੀ। ਜਿਹੜੀਆਂ ਪਹਿਲੇ ਦੋ ਪਾਰਟ ਆਏ ਸੀਗੇ 1 ਔਰ 2 ਔਰ 3 ਦਾ, ਉਹ ਵੀ ਬਹੁਤ ਵਧੀਆ ਸੀ। ਇਹਦੇ 'ਚ ਐਕਟਿੰਗ ਸਭ ਤੋਂ ਵਧੀਆ ਕਿਹੜੀ ਲੱਗੀ ਤੁਹਾਨੂੰ? ਦੇਵ ਖਰੋੜ ਦੀ ਲੱਗੀ ਜੀ, ਜਿਹੜੀ ਉਹਨਾਂ ਐਕਸ਼ਨ ਜਿੰਨੇ ਉਹਨਾਂ ਦੇ ਵਧੀਆ ਸੀ ਸਾਰੇ, 10 ਵਿੱਚੋਂ 10 ਹੀ ਦਵਾਂਗੇ। ਅਸੀਂ ਦਵਾਂਗੇ ਹਾਂਜੀ। ਕਹਿ ਸਕਦੇ ਪੂਰੀ ਘੈਂਟ ਫਿਲਮ ਸੀ, ਪੂਰੀ 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 ਸਿਰਾ ਅੱਗ ਲਾਈ ਪਈ ਪੂਰੀ ਪੂਰੀ। ਸਭ ਤੋਂ ਵਧੀਆ ਦੇਵ ਖਰੋੜ ਦੀ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਹੈ? ਜਿਹੜੀ ਮੰਨ ਲਓ ਹੈਲਪ ਕਰਦਾ, ਇਨਸਾਫ਼ ਕਰਦਾ, ਸਾਰਿਆਂ ਦੀ ਹੈਲਪ ਕਰਦਾ ਵਾ, ਸਾਰਿਆਂ ਦੀ ਇਨਸਾਫ਼ ਦਿਵਾਉਂਦਾ ਵਾ ਕੁੜੀਆਂ ਨੂੰ, ਇਹ ਹੀ ਬਹੁਤ ਵਧੀਆ ਲੱਗਾ। ਤੇ ਤੁਸੀਂ ਕਿੱਦਾਂ ਕਹੋਗੇ ਗਾਂਧੀ ਬਾਰੇ, ਫਿਲਮ ਬਾਰੇ? ਗਾਂਧੀ ਬਹੁਤ ਵਧੀਆ ਫਿਲਮ ਹੈ ਬਾਈ, ਉਹ ਇਨਸਾਫ਼ ਦਿਵਾਉਂਦਾ ਲੋਕਾਂ ਨੂੰ, ਬਹੁਤ ਵਧੀਆ ਬੰਦਾ ਹੈ। ਕਿੰਨੇ ਨੰਬਰ ਦਿਓਗੇ ਤੁਸੀਂ? 10 ਚੋਂ 10 ਨੰਬਰ ਬਾਈ ਉਹਨੂੰ। 10 ਚੋਂ 10 ਦਿਓਗੇ? ਤੁਹਾਨੂੰ ਲੱਗਦਾ ਕਿ ਇਸ ਵਾਰੀ ਐਕਟਿੰਗ ਜੇ ਆਪਾਂ ਕਰਦੇ ਹਾਂ ਗੱਲ, ਜਿੱਦਾਂ ਭੋਲੇ ਦੀ ਐਕਟਿੰਗ ਵਿੱਚ ਨਹੀਂ ਹੈਗੀ, ਤੇ ਉਸ ਦੇ ਵਿੱਚ ਕੋਈ ਹੋਰ ਪਾਤਰ ਪਾਇਆ ਹੋਇਆ, ਉਹਦਾ ਕਿੱਦਾਂ ਐਕਟਿੰਗ ਲੱਗੀ ਤੁਹਾਨੂੰ? ਭਾਈ ਚਲੋ ਪਹਿਲਾਂ ਵਹਿੰਦੇ ਹਾਂ ਕਿ ਭੋਲਾ ਵੀ ਸਹੀ ਅਤੇ ਬਾਕੀ ਮਹਿਸੂਸ ਜਿਹੜੀ ਹੋਏ ਹੁਣ ਕਿ ਭੋਲਾ ਨਹੀਂ ਹੈਗਾ ਵਿੱਚ, ਕਿ ਪੂਰੀ ਸਿਰਾ ਫਿਲਮ ਹੈ। ਸਿਰਾ ਫਿਲਮ ਹੈ ਹਾਂਜੀ। ਕੁਝ ਵੀਰ ਹੋਰ ਵੀ ਜਾ ਰਹੇ ਸੀ, ਉਹਨਾਂ ਨਾਲ ਵੀ ਗੱਲ ਕਰਾਂ, ਕਿੱਦਾਂ ਲੱਗੀ ਭਾਅ ਜੀ ਗਾਂਧੀ ਫਿਲਮ ਤੁਸੀਂ ਦੇਖ ਕੇ ਆ ਰਹੇ ਹੋ? ਠੀਕ ਹੈ, ਬਹੁਤ ਵਧੀਆ। ਕਿੰਨੇ ਨੰਬਰ ਦਿਓਗੇ ਗਾਂਧੀ ਫਿਲਮ? ਮੇਰੇ ਖਿਆਲ ਤਾਂ 100 ਚੋਂ 100 ਹੀ ਠੀਕ ਹੈ। 100 ਚੋਂ 100 ਦਿਓਗੇ? ਬਿਲਕੁਲ। ਕਿੱਦਾਂ ਦੀ ਐਕਟਿੰਗ ਲੱਗੀ ਤੁਹਾਨੂੰ? ਐਕਟਿੰਗ ਠੀਕ ਹੈ ਬਿਲਕੁਲ, ਪਹਿਲਾਂ ਵੀ ਦੇਵ ਖਰੋੜ ਦੀ ਐਕਟਿੰਗ ਬਹੁਤ ਵਧੀਆ ਸਾਰੇ। ਜਿਹੜੀ ਤੁਹਾਨੂੰ ਸਟੋਰੀ ਹੈ ਕਿ ਇਹ ਪਿਛਲੀ ਨਾਲੋਂ ਫਰਕ ਸੀਗਾ ਇਸ ਵਿੱਚੋਂ? ਹਾਂ ਫਰਕ ਹੈ। ਫਰਕ ਹੈ, ਇਹਦੇ ਵਿੱਚ ਕੀ ਦੱਸਿਆ ਗਿਆ ਫਿਲਮ 'ਚ? ਫਿਲਮ 'ਚ ਤਾਂ ਬਸ ਜ਼ਿਆਦਾ ਇਹੋ ਹੀ ਹੈ ਵੀ ਕਾਨੂੰਨਾਂ ਬਾਰੇ ਆ, ਵੀ ਕਾਨੂੰਨ ਬਿਲਕੁਲ ਸਹੀ ਨਹੀਂ ਹੈਗੇ, ਉਹ ਬੰਦਾ ਮੁੱਠੀ 'ਚ ਲੈਂਦਾ ਹੈ ਕਾਨੂੰਨ, ਉਹ ਫਿਰ ਆਪਣੀ ਮਰਜ਼ੀ ਕਰਦਾ ਹੈ। ਕਿੰਨੇ ਨੰਬਰ ਦਿਓਗੇ ਫਿਰ ਹੁਣ? ਓਕੇ, ਕੁਝ ਵੀਰ ਹੋਰ ਵੀ ਆਏ, ਅਸੀਂ ਉਹਨਾਂ ਨੂੰ ਪੁੱਛਾਂਗੇ ਕਿਹੜੀ ਫਿਲਮ ਦੇਖ ਕੇ ਆਏ ਵੀਰ? ਗਾਂਧੀ 3 ਸਰ, ਗਾਂਧੀ 3 ਬਹੁਤ ਅੱਛੀ ਫਿਲਮ ਹੈ, ਮੈਂ ਫੈਨ ਹਾਂ ਦੇਵ ਖਰੋੜ ਦਾ, ਬਹੁਤ ਘੈਂਟ ਫਿਲਮ ਕੱਢੀ ਉਹਨਾਂ ਨੇ। ਕਿੱਦਾਂ ਦੀ ਫਿਲਮ ਸੀ? ਮੈਂ ਕਹਿੰਦਾ ਓਕੇ ਵੀਰੇ, ਧੀਆ ਭੈਣਾਂ ਦੀ ਇੱਜ਼ਤ ਕੀਤੀ ਫੁੱਲ ਉਹਨਾਂ ਨੇ, ਉਹਨਾਂ ਨੇ ਜੋ ਉਹਨਾਂ ਨੇ ਵਿਖਾਇਆ ਵੀ ਭੈਣਾਂ ਦਾ ਕਿਹਾ ਗਿਆ ਹੈ ਕਿ ਆਪਾਂ ਸਹੀ ਲਈ ਲੜਨਾ ਹੈ, ਗਲਤ ਲਈ ਨਹੀਂ ਲੜਨਾ। ਦੇਵ ਖਰੋੜ ਦਾ ਮੈਂ ਬਹੁਤ ਵੱਡਾ ਫੈਨ ਹਾਂ ਸਰ, ਬਹੁਤ ਵੱਡਾ ਸਹੀ ਲਈ ਲੜਦਾ, ਜਿਹੜਾ ਸਹੀ ਲਈ ਲੜਦਾ ਬਦਮਾਸ਼ ਨਹੀਂ ਹੁੰਦਾ, ਬੰਦਿਆਂ ਲਈ ਉਹ ਚੰਗਾ ਹੀ ਹੁੰਦਾ। ਆਪਦੇ ਹੱਕ ਲਈ ਲੜਨਾ ਸਹੀ ਹੈ ਪਰ ਨਜਾਇਜ਼ ਨਹੀਂ, ਧੀਆ ਭੈਣਾਂ ਦੀ ਇੱਜ਼ਤ ਕਰਨੀ ਫੁੱਲ ਪੂਰਾ ਸਕੈਮ। ਕਿਹੜੀ ਫਿਲਮ ਦੇਖ ਕੇ ਆਏ ਬਾਈ? ਕੋਈ ਨਹੀਂ। ਕਿਹੜੀ ਫਿਲਮ ਦੇਖ ਕੇ ਆਏ? ਗਾਂਧੀ 3 ਕਿੱਦਾਂ ਲੱਗੇ? ਬਹੁਤ ਵਧੀਆ। ਕਿਵੇਂ ਕਿੱਦਾਂ ਦੇਵ ਖਰੋੜ ਦੀ ਐਕਟਿੰਗ ਇਸ ਵਾਲੀ 2 ਫਿਲਮਾਂ ਨਾਲ ਕਿਵੇਂ ਲੱਗੀ? ਬਹੁਤ ਵਧੀਆ ਜੀ, ਬਹੁਤ ਵਧੀਆ, ਕਿੰਨਾ ਲੋ ਸਗੋ ਵਧੀਆ ਵੀ ਹੈ ਜੀ। ਕਿੰਨੇ ਨੰਬਰ ਦਿਓਗੇ ਤੁਸੀਂ? 10 ਚੋਂ 10 ਦਿਆਂਗੇ। ਤੁਸੀਂ ਕਿੰਨੇ ਨੰਬਰ ਦਿਓਗੇ ਦੇਵ ਖਰੋੜ ਦੀ ਫਿਲਮ? ਵੀਰੇ 10 ਚੋਂ 10 ਦਿੱਤੇ ਜਾਣਗੇ, ਕਿਉਂਕਿ ਬਹੁਤ ਵਧੀਆ ਕਨਸੈਪਟ ਸੀ, ਜਿੱਦਾਂ ਯਾਰਾਂ ਨਾਲ ਖੜਦਾ ਤੇ ਧੀਆਂ ਭੈਣਾਂ ਦੀ ਇੱਜ਼ਤ ਕਰਦਾ ਹੈ, ਤੇ ਹਰ ਇੱਕ ਚੀਜ਼ ਨੂੰ ਮਤਲਬ ਕਿ ਧਿਆਨ ਨਾਲ ਵੇਖਦਾ ਕਿ ਬੰਦਾ ਕਿਹੜਾ ਗਲਤ ਆ, ਉਸ ਹਿਸਾਬ ਨਾਲ ਲੜਦਾ ਹੈ, ਬਿਨਾਂ ਗੱਲ ਤੋਂ ਹਰ ਇੱਕ ਬੰਦੇ ਤੇ ਜਾ ਕੇ ਹਮਲਾ ਨਹੀਂ ਕਿ ਜਾਂ ਕਿਵੇਂ ਕਿ ਹਰ ਇੱਕ ਨੂੰ ਲੜਾਈ ਨਾ ਜਾਂ ਕਿਵੇਂ ਸਾਜ ਦੇ ਨਾਲ ਲੜਦਾ ਹੈ। ਠੀਕ ਹੈ ਜੀ, ਤੇ ਇਸ ਫਿਲਮ ਨੂੰ ਤੁਸੀਂ 10 ਵਿੱਚੋਂ 10 ਦਿੱਤੇ ਜਾਣਗੇ ਸਾਡੇ ਵੱਲੋਂ, ਹਰ ਵਾਰ ਦੀ ਤਰ੍ਹਾਂ ਦੇਵ ਖਰੋੜ ਦੀ ਹਰ ਇੱਕ ਫਿਲਮ ਹੀ ਬਹੁਤ ਵਧੀਆ ਹੁੰਦੀ ਆ। ਪੂਰੇ ਨੰਬਰ 2 ਫਿਲਮਾਂ ਨਾਲ ਇਸ ਵਾਰੀ ਘੈਂਟ ਸੀਗੀ? ਜੀ ਜੀ ਬਿਲਕੁਲ, ਬਹੁਤ ਘੈਂਟ ਜੀ ਸਿਰਾ। ਹਾਂਜੀ, ਫਿਲਮਾਂ ਪਹਿਲੀਆਂ 2 ਵੀ ਬਹੁਤ ਵਧੀਆ ਹੈਗੀਆਂ, ਪਰ ਇਹ ਤਾਂ ਬਹੁਤ ਵਧੀਆ ਚੀਜ਼ ਸੀ, ਇਹਦੇ ਵਿੱਚ ਨਾ ਮੋਟੀਵੇਸ਼ਨ ਵੀ ਦਿੱਤੀ ਹੋਈ ਆ, ਕਿਉਂਕਿ ਉਹ ਹਮੇਸ਼ਾ ਸੱਚ ਲਈ ਲੜਿਆ, ਕੋਈ ਮਾੜਾ ਕੰਮ ਤਾਂ ਉਹਨੇ
ਛੇਤੀ ਕਿਤੇ ਪ੍ਰਮੋਟ ਨਹੀਂ ਕੀਤਾ। ਗਾਂਧੀ ਦੀ ਬਹੁਤ ਵਧੀਆ ਲੱਗੀ ਹੈ ਕਿ ਗਾਂਧੀ ਯਾਰਾਂ ਦਾ ਯਾਰ ਹੈ ਤੇ ਯਾਰਾਂ ਦਾ ਯਾਰ ਹੀ ਰਹੂਗਾ। ਰਵਿੰਦਰ ਗਾਂਧੀ, ਰਵਿੰਦਰ ਗਾਂਧੀ ਜਿੰਦਾਬਾਦ। ਸਰ ਕਿੱਦਾਂ ਲੱਗੀ ਮੂਵੀ? ਬਹੁਤ ਵਧੀਆ ਮੂਵੀ ਸੀਗੀ ਗਾਂਧੀ ਵੀਰੇ ਦੀ, ਦੇਵ ਵੀਰੇ ਦੀ, ਬਹੁਤ ਵਧੀਆ ਫਿਲਮ ਲੱਗੀ ਆਪਾਂ ਉਦੋਂ। ਕੋਈ ਮੈਸੇਜ ਦੇਣਾ ਚਾਹੋਗੇ? ਯਾਰੀ ਦੀ ਮਿਸਾਲ ਆ, ਹੋਰ ਤੋਂ ਮਤਲਬ ਕੋਈ ਹੈ ਨਹੀਂ। ਆਪਾਂ ਦੇਵ ਬਾਈ ਨੂੰ ਕਹਾਂਗੇ ਇਹੋ ਜਿਹੀ ਫਿਲਮਾਂ ਹੋ ਰਹੀਆਂ ਹੁੰਦੀਆਂ ਰਹਿਣ, ਆਪਣਾ ਦੇਸ਼ ਨੂੰ, ਆਪਣੇ ਯੂਥ ਨੂੰ ਇੱਕ ਵਧੀਆ ਉਹ ਮਿਲਦਾ ਵਾ। ਮੰਗਾ ਕਿ ਆਪਾਂ ਕਹਿੰਦਾ ਇੱਕ ਅੱਛਾ ਮੈਸੇਜ ਸਾਨੂੰ ਸਾਰਾ ਦੇਖਣ ਜ਼ਰੂਰ ਦੇਖਣੀ ਚਾਹੀਦੀ ਹੈ। ਥੈਂਕ ਯੂ ਮੈਮ। ਸਰ ਤੁਸੀਂ ਕੁਛ ਕਹਿਣਾ ਚਾਹੋਗੇ? ਬਹੁਤ ਵਧੀਆ ਐਕਟਿੰਗ ਸੀਗੀ ਦੇਵ ਕੁਮਾਰ ਜੀ ਦੀ, ਬਹੁਤ ਵਧੀਆ ਮੂਵੀ ਹੈ, ਕੈਨੇਡਾ ਜਾ ਕੇ ਦੇਖੋ ਸਾਰੇ। ਸਭ ਤੋਂ ਵਧੀਆ ਕਰੈਕਟਰ ਕਿਹਦਾ ਲੱਗਿਆ ਤੁਹਾਨੂੰ? ਸਭ ਤੋਂ ਵਧੀਆ ਕਰੈਕਟਰ ਕਿਹਦਾ ਲੱਗਿਆ? ਬਸ ਵੀ ਸੱਚ ਦਾ ਸਾਥ ਦੇਣਾ ਜਾਂ ਸੱਚ ਬੋਲਣਾ ਚਾਹੀਦਾ ਹਮੇਸ਼ਾ। ਸਭ ਤੋਂ ਬੈਸਟ ਪਾਰਟ ਕਿਹੜਾ ਲੱਗਿਆ ਮੂਵੀ ਦਾ? ਜਦੋਂ ਬੋਲੀ ਪਾ ਕੇ ਮਾਰਦੇ ਹੁੰਦੇ ਤੇ ਮੱਤੇ ਜੀ ਗੋਲੀ, ਉਹ ਵਾਲਾ। ਹਾਂਜੀ, ਥੈਂਕ ਯੂ। ਸਰ ਗਾਂਧੀ ਮੂਵੀ ਦੇਖ ਕੇ ਨਿਕਲੇ ਹੋ, ਕਿਵੇਂ ਦੀ ਲੱਗੀ ਮੂਵੀ? ਬਹੁਤ ਵਧੀਆ ਲੱਗੀ ਮੈਮ, ਬੈਸਟ ਮੂਵੀ ਹੈ ਹੁਣ ਤੱਕ ਦੇ ਦੇਵ ਕਰੋੜ ਸਾਡ ਤੇ। ਸਭ ਤੋਂ ਗਾਂਧੀ 1 ਦੇਖੀ ਆ, ਗਾਂਧੀ 2 ਦੇਖੀ ਆ, ਗਾਂਧੀ 3 ਦੇ ਵਿੱਚ ਕੀ ਡਿਫਰੈਂਸ ਲੱਗਿਆ? ਗਾਂਧੀ 3 'ਚ ਮੈਮ ਇੱਕ ਗੱਲ ਸੀਗੀ ਜਿਹੜੀ 2 ਦੇ ਐਂਡਿੰਗ 'ਚ ਦਿਖਾਈ ਜਾਂਦੀ ਸਟੋਰੀ, ਬਸ ਉਹ ਕੰਟੀਨਿਊ ਨਹੀਂ ਹੋ ਪਾਈ। ਇੱਕ ਨਵਾਂ ਕਨਸੈਪਟ ਹੈਗਾ, ਆਪਣੇ MBD ਮਾਲ 'ਚ ਜਾ ਕੇ ਦੇਖਣ ਪਲੀਜ਼। ਕਾਫੀ ਵਧੀਆ ਰਹੀ ਮੂਵੀ, ਥੈਂਕ ਯੂ ਮੈਮ ਜੀ। ਅੱਜ ਫਿਲਮ ਦੇਖੀ ਸੀ ਆਪਣਾ ਬੜਾ ਪ੍ਰੇਮ ਆ ਜੀ, ਆਪਣਾ ਦੇਵ ਕਰੋੜ ਬਾਈ ਬਾਈ ਦੀ ਫਿਲਮ ਆਈ ਆ ਜੀ ਗਾਂਧੀ 3 ਚੈਪਟਰ, ਜਿਹੜਾ ਤੀਜਾ ਆਇਆ ਸੀ, ਅਤੇ ਅੱਜ ਜਿਹੜਾ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਫਿਲਮ ਵੇਖੀ ਅਤੇ ਬੜੀ ਸੋਹਣੀ ਫਿਲਮ ਆ, ਬੜਾ ਕੁਝ ਸਿੱਖਣ ਨੂੰ ਮਿਲਿਆ। ਆਪਣਾ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਉਹਨੂੰ ਇੱਕ ਬੜਾ ਸੋਹਣਾ ਮੈਸੇਜ ਦਿੱਤਾ ਗਿਆ ਇਸ ਫਿਲਮ ਦੇ ਵਿੱਚ। ਆਪਣਾ ਕਿਤੇ ਨਾ ਕਿਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਗੱਲ ਕੀਤੀ ਗਈ ਆ, ਤਾਂ ਵਧੀਆ ਵਾ। ਜਨਤਾ ਨੂੰ ਹਮੇਸ਼ਾ ਹੀ ਚਾਹੀਦਾ ਵਾ ਕਿ ਇੱਕ ਚੰਗਾ ਜਿਹੜਾ ਮੈਸੇਜ ਹੁੰਦਾ ਨਾ, ਉਹਨੂੰ ਹਮੇਸ਼ਾ ਹੀ ਜਿਹੜਾ ਵਾ ਫਿਲਮ ਦੇ ਵਿੱਚੋਂ ਕੋਈ ਮੈਸੇਜ ਮਿਲੇ ਉਹਨੂੰ ਜ਼ਰੂਰ ਅਪਣਾਉਣਾ ਚਾਹੀਦਾ ਲਾਈਫ ਦੇ ਵਿੱਚ। ਜਿਹੜੀਆਂ ਉਸ ਸਮੇਂ ਜੋ ਆਪਣਾ ਰੁਪਿੰਦਰ ਗਾਂਧੀ ਸੀ ਜੋ ਕਿ ਖੰਨੇ ਵਾਲੇ, ਉਹਨਾਂ ਦੀ ਜ਼ਿੰਦਗੀ ਦੇ ਆਧਾਰਤ ਵਾ, ਅਤੇ ਦੇਵ ਕਰੋੜ ਬਾਈ ਦੀ ਤਾਂ ਹਮੇਸ਼ਾ ਜਿਹੜੀ ਐਕਟਿੰਗ ਜਿਹੜੀ ਉਹ ਲਾਜਵਾਬ ਹੁੰਦੀ ਆ। ਅਸੀਂ ਵੀ ਥੀਏਟਰ ਵਾਲੇ ਹਾਂ, ਤਾਂ ਥੀਏਟਰ ਵਾਲੇ ਤਾਂ ਹਮੇਸ਼ਾ ਹੀ ਜਿਹੜਾ ਵਾ ਸਿਰ ਕੱਢਵਾਂ ਅਤੇ ਬੜਾ ਸੋਹਣਾ ਕਾਰਜ ਅਤੇ ਕੰਮ ਹਮੇਸ਼ਾ ਹੀ ਕਰਦੇ ਨੇ। ਲੋਕਾਂ ਨੂੰ ਦੇਖੋ ਇਹੋ ਕਹਾਂਗੇ ਕਿ ਜੇ ਕੋਈ ਚੰਗੀ ਚੀਜ਼ ਸਿਨੇਮਾ ਦੇ ਵਿੱਚ ਆਉਂਦੀ ਆ, ਤਾਂ ਉਹਨੂੰ ਆਪਾਂ ਪੰਜਾਬੀ ਸਾਰੇ ਮਿਲ ਕੇ ਜਿਹੜਾ ਵੱਧ ਤੋਂ ਵੱਧ ਐਪਰੀਸ਼ੀਏਟ ਕਰੀਏ, ਉਹਨੂੰ ਸਪੋਰਟ ਕਰੀਏ। ਚੰਗੀ ਫਿਲਮਾਂ ਆਈਆਂ ਵਾ, ਜਿੱਦਾਂ ਹੁਣ ਅਸੀਂ ਰੁਪਿੰਦਰ ਗਾਂਧੀ ਫਿਲਮ ਦੇਖੀ ਆ, ਉਸ ਤੋਂ ਬਾਅਦ ਅਸੀਂ ਬੀਬੀ ਰਜਨੀ ਜੀ ਵੀ ਦੇਖਾਂਗੇ। ਬੜੀ ਧਾਰਮਿਕ ਫਿਲਮ ਆ, ਬੜਾ ਸੋਹਣਾ ਆਪਣਾ ਜਿਹੜਾ ਵਾ ਉਪਰਾਲਾ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਆ। ਅਸੀਂ ਦੋਵਾਂ ਫਿਲਮਾਂ ਨੂੰ ਜਿਹੜਾ ਵਾ ਵਾਰੀ ਵਾਰੀ ਜਿਹੜੇ ਸ਼ੋਅ ਜਿਹੜੇ ਉਹ ਦੇਖੇ ਆ, ਤਾਂ ਦੋਵੇਂ ਫਿਲਮਾਂ ਬੜੀ ਸੋਹਣੀ ਸੇਧ ਜਿਹੜੀ ਆ ਉਹ ਦਿੰਦੀਆਂ ਨੇ। ਅਤੇ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜਿਹੜੀ ਬੀਬੀ ਰਜਨੀ ਫਿਲਮ ਆ ਉਹ ਵੀ ਦੇਖ ਕੇ ਆਇਓ, ਅਤੇ ਗਾਂਧੀ ਆ ਜਿਹੜੀ ਉਹ ਵੀ ਫਿਲਮ ਜਿਹੜੀ ਆ ਤੁਸੀਂ ਜ਼ਰੂਰ ਦੇਖਿਓ। ਮੈਂ ਜੀ 100 ਦੇ ਵਿੱਚੋਂ ਦੋਵਾਂ ਫਿਲਮਾਂ ਨੂੰ, 100 ਤੋਂ ਵੱਧ ਹੁੰਦੇ ਤਾਂ ਮੈਂ ਉਹ ਵੀ ਦੇ ਦੇਣੀ, 100 ਤੋਂ 200 ਨੰਬਰ ਹੀ ਦੇਵਾਂਗੇ ਜੀ। ਦੋਵੇਂ ਫਿਲਮਾਂ ਆਪੋ ਆਪਣੇ ਵਿਸ਼ਿਆਂ 'ਤੇ ਜਿਹੜਾ ਵਧੀਆ ਕਾਰਜ ਕਰ ਰਹੀਆਂ, ਫੁੱਲ ਕੰਪਲੀਟ ਪੈਕੇਜ ਆ ਜਿਹੜਾ ਦਰਸ਼ਕਾਂ ਲਈ, ਅਤੇ ਦੋਵਾਂ ਨੂੰ ਜਾ ਕੇ ਜਿਹੜੀਆਂ ਫਿਲਮਾਂ ਨੂੰ ਜਿਹੜਾ ਵਾ ਦਰਸ਼ਕ ਜ਼ਰੂਰ ਦੇਖਣ। ਕਿਹੜੀ ਫਿਲਮ ਦੇਖੀ? ਗਾਂਧੀ 3। ਕਿੱਦਾਂ ਦੀ ਲੱਗੀ ਫਿਲਮ? ਬਹੁਤ ਘੈਂਟ ਆ। ਕੀ ਵੱਖਰਾ? ਵੱਖਰਾ ਇਹਦੇ 'ਚ ਮਤਲਬ ਸਿੱਖਣ ਨੂੰ ਹੈਗਾ ਕੁਝ, ਹੈ ਨਾ, ਅਤੇ ਬਾਕੀ ਯਾਰਾਂ ਨਾਲ ਆਏ ਆ ਤੇ ਫਿਲਮ ਵੀ ਯਾਰਾਂ ਵਾਲੀ ਆ। ਹਾਂ, ਪੂਰਾ ਸਿਰਾ ਲਾਇਆ ਅੰਡਰ ਆਈ ਉਹਨੇ। ਕਿੰਨੇ ਨੰਬਰ? ਮੈਂ 10 ਹੀ ਦਊਂਗਾ। ਹਾਂਜੀ, ਬਹੁਤ ਇੰਟਰਟੇਨਮੈਂਟ ਵਾਸਤੇ ਆ ਜਿਹੜੀ ਫਿਲਮ ਬਣੀ ਆ, ਯਾਰਾਂ ਨਾਲ ਵੇਖਣ ਵਾਲੀ ਆ। ਮੈਂ ਵੀ ਇਹੋ ਕਹੂੰਗਾ ਕਿ ਆਪਣੇ ਯਾਰਾਂ ਦੋਸਤਾਂ ਨਾਲ ਆਓ ਅਤੇ ਵੇਖੋ ਫਿਲਮ ਕਿ ਸਿਰਾ ਲਾ ਦੀ ਫਿਲਮ ਦੇ। ਐਕਟਿੰਗ ਬਹੁਤ ਘੈਂਟ ਬੰਦੇ ਦੀ, ਜਿੰਨੀਆਂ ਫਿਲਮਾਂ ਉਹਦੀਆਂ ਚੱਲਦੀਆਂ ਚੱਲਦੀਆਂ ਬੋਲਦੇ। ਅੱਛਾ, ਕਿਹੜੀ ਫਿਲਮ ਦੇਖਿਆ? ਗਾਂਧੀ 3। ਅੱਛਾ, ਕਿੱਦਾਂ ਦੀ ਲੱਗੀ? ਬਹੁਤ ਵਧੀਆ ਫਿਲਮ ਵੀਰ ਜੀ, ਬਹੁਤ ਵਧੀਆ, ਬਹੁਤ ਸਿੱਖਿਆ ਬਹੁਤ ਵਧੀਆ ਮਿਲਦੀ ਹੈ ਫਿਲਮ 'ਚ, ਅਤੇ ਬਹੁਤ ਵਧੀਆ ਫਿਲਮ। ਅੱਛਾ, ਨੰਬਰ ਕਿੰਨੇ ਦੇਣੇ ਚਾਹੋਗੇ? 10 ਚੋਂ 10। ਅੱਛਾ, ਹਾਂ, ਅਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਲੋਕਾਂ ਨੂੰ ਵੀ ਫਿਲਮ ਵੇਖ ਕੇ ਐਵੇਂ ਫੁੱਲੜਬਾਜੀ ਨਾ ਕਰੋ, ਸਿੱਖਿਆ ਵੀ ਲਓ ਫਿਲਮ ਤੋਂ, ਸਿੱਖਿਆ ਬਹੁਤ ਵਧੀਆ ਫਿਲਮ ਦੀ। ਅੱਜ ਫਿਲਮ ਵੇਖਣ ਆਏ ਕਿਸ ਤਰ੍ਹਾਂ ਦੀ? ਬਹੁਤ ਵਧੀਆ ਫਿਲਮ ਲੱਗੀ ਵੀਰ। ਕਿਵੇਂ ਦੀ ਲੱਗੀ ਸਾਰਿਆਂ ਦੀ? ਬਹੁਤ ਵਧੀਆ, ਬਹੁਤ ਵਧੀਆ ਲੱਗੀ ਵੀਰ। ਅੱਛਾ ਜੀ, ਪਹਿਲੀਆਂ ਦੇਖੀਆਂ ਸਾਰੀਆਂ ਫਿਲਮ? ਸਾਰੀਆਂ ਵੇਖੀਆਂ, ਇਹਦਾ ਪਹਿਲਾ ਸ਼ੋਅ ਵੇਖਣ ਆਈਦਾ ਹਰ ਵਾਰੀ, ਐਰ ਕੀ ਲੇਟ ਹੋ ਗਏ ਥੋੜ੍ਹੇ, ਨਹੀਂ ਤਾਂ ਆਉਣ ਲਈ ਵੇਖ ਕੇ ਚੱਲ ਜਾਣਾ ਚਾਹੋਗੇ? ਆਪਣਾ ਬਹੁਤ ਬਹੁਤ ਵਧੀਆ ਵਾ। ਅੱਛਾ,
ਜਨਤਾ ਨੇ ਇਹ ਕਹਿਣਾ ਬਸ ਨਸ਼ੇ ਨਾ ਕਰੋ, ਫਿਲਮ ਵੇਖੋ ਵਧੀਆ, ਹਾਸੇ ਵਾਲੀਆਂ ਮੂਵੀਆਂ ਬਣਾਉਣ, ਬਸ ਹੋਰ ਕੋਈ ਨਹੀਂ ਕਹਿਣਾ ਚਾਹੁੰਦੇ। 100 ਦੇ ਵਿੱਚੋਂ 100 ਹੀ ਦੇਣਾ ਚਾਹੁੰਦੇ, ਕਿਉਂਕਿ ਦੇਵ ਫਰੋਡ ਦੇ ਫੈਨ ਹੈਗੇ ਤਾਂ ਕਰਕੇ। ਜੇ ਵੀਰੇ ਆਪਾਂ ਰੇਟਿੰਗ ਕਰੀਏ ਨਾ 100 ਚੋਂ ਦੂਜਾ ਮਤਲਬ ਕਿ 200 ਹੀ ਪੁਆਇੰਟ ਬਣਦੇ ਆ, ਮਤਲਬ ਕਿ ਬਹੁਤ ਵਧੀਆ ਫਿਲਮ, ਤੁਸੀਂ ਵੇਖੋ ਯਾਰ, ਮਤਲਬ ਕਿ ਕੋਈ ਮਤਲਬ ਕਿ ਤੁਹਾਡੇ ਪੈਸੇ ਨਹੀਂ ਖਰਾਬ ਹੁੰਦੇ, ਮਤਲਬ ਕਿ ਜਿਹੜੇ ਆਪਾਂ ਟਿਕਟ ਦੇ ਲਾਉਣੇ ਆ ਨਾ, ਫੁੱਲ ਐਂਟਰਟੇਨਮੈਂਟ, ਹਾਂ ਫੁੱਲ ਐਂਟਰਟੇਨਮੈਂਟ, ਕੋਈ ਰੋਮਾਂਟਿਕ, ਸਾਰਾ ਕੁਝ ਸੀਨ ਹੈਗੇ ਆ ਯਾਰ ਫਿਲਮ ਵੇਖਣਾ ਉਹ ਤੁਸੀਂ, ਮਤਲਬ ਕਿ ਜਿੰਨੇ ਯਾਰ ਫਿਲਮ ਬਣਾਈ ਹੈ ਨਾ, ਬੜਾ ਬਹੁਤ ਵੱਡਾ ਵਜਟਾ ਮਤਲਬ ਕਿ ਲਾ ਕੇ ਬਣਾਉਂਦੇ ਆ ਫਿਲਮ, ਮਤਲਬ ਕਿ ਆਪਾਂ ਇਹ ਫਿਲਮ ਬਣਾਈਆਂ ਅਸੀਂ ਵੀ ਅੱਧੀ 30-40 ਕਿਲੋਮੀਟਰ ਤੋਂ ਵੇਖਣ ਆਏ ਹਾਂ, ਮਤਲਬ ਕਿ ਚੇਚਾ ਅੱਜ ਪਹਿਲਾਂ ਦਿਨ ਹੀ ਆਏ ਹਾਂ, ਪਹਿਲਾਂ ਸ਼ੋਅ ਹੀ ਵੇਖਣਾ। ਹਾਂਜੀ ਦੇਵ ਬਾਈ ਨਾਲ ਬਹੁਤ ਪਿਆਰ ਆਪਣਾ, ਤਾਂ ਕਰਕੇ ਫਿਲਮ ਵੇਖਣਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ। ਗਾਂਧੀ 3 ਫਿਲਮ ਅੱਜ ਪੂਰੇ ਪੰਜਾਬ ਦੇ ਸਿਨੇਮਾ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ, ਬੜਾ ਰਸ਼ ਪੈ ਰਿਹਾ, ਖੰਨਾ ਦੇ PVR ਦੇ ਵਿੱਚ ਖੜ੍ਹੇ ਹਾਂ, ਲੋਕ ਇੱਥੇ ਗਾਂਧੀ 3 ਫਿਲਮ ਦੇਖਣ ਆ ਰਹੇ ਨੇ, ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕਿਉਂਕਿ ਫਿਲਮ ਕੁਝ ਸਮੇਂ ਦੇ ਵਿੱਚ ਜਿਹੜੀ ਹੈਗੀ ਖਤਮ ਹੋਣ ਜਾ ਰਹੀ ਹੈ, ਲੋਕ ਜਿਵੇਂ ਵੀ ਬਾਹਰ ਆਉਣਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦੀ ਫਿਲਮ ਲੱਗੀ ਹੈ, ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਵੀ 2 ਫਿਲਮਾਂ ਆ ਚੁੱਕੀਆਂ ਨੇ, ਗਾਂਧੀ 1 ਗਾਂਧੀ 2 ਅਤੇ ਅੱਜ ਆਈ ਹੈ ਗਾਂਧੀ 3। ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਕਿੱਦਾਂ ਦੀ ਲੱਗੀ ਗਾਂਧੀ ਫਿਲਮ? ਵਧੀਆ ਯਾਰ, ਪੂਰੀ ਘੈਂਟ ਆ ਜੀ। ਪਹਿਲਾਂ 2 ਆਈਆਂ ਨੇ, ਉਹਦੇ ਮੁਕਾਬਲੇ ਕਿੱਦਾਂ ਦੀ ਆ? ਵਧੀਆ ਜੀ, ਵਧੀਆ ਯਾਰ, ਪੂਰੀ ਘੈਂਟ ਆ, ਐਕਸ਼ਨ ਫੁੱਲ ਵਧੀਆ। ਦੋਸਤਾਂ ਨਾਲ ਦੇਖਣ ਆਇਓ ਸਾਰੇ? ਹਾਂ ਜੀ ਆਏ ਨੇ, ਸਾਡੇ ਇੱਥੇ ਹੀ ਫਿਰਦੇ ਨੇ, ਆਹ ਦੇਖੋ ਜੀ, ਇੱਧਰ ਘੁਮਾਇਆ ਕਰ ਕੈਮਰਾ ਜੀ ਮਾੜਾ ਜਿਹਾ। ਫਿਲਮ ਤਾਂ ਘੈਂਟ ਆ ਜੀ, ਹਾਂ ਜੀ ਪੂਰੀ ਚੱਲੂਗੀ, ਪੂਰੀ ਚੱਲੂਗੀ, ਪੂਰੀ ਦੁਨੀਆਂ 'ਚ ਚੱਲੂਗੀ ਗਾਂਧੀ ਦੀ। ਮੇਰਾ ਨਾਮ ਜੀ MD ਹੈ ਜੀ। ਮੈਨੂੰ ਜੀ ਬਹੁਤ ਵਧੀਆ ਲੱਗਦੀ ਹੈ, ਅਤੇ ਮੈਨੂੰ ਜਿੱਕਣ ਰਿਐਲਿਟੀ 'ਚ ਹੋਇਆ ਉਕਣੇ ਫੀਲ ਹੋ ਰਿਹਾ, ਜਿੱਕਣ ਗਾਂਧੀ ਦਾ ਹੁਣ ਪਤਾ ਲੱਗਦਾ ਰੁਤਬਾ ਕਿੱਡਾ ਸੀਗਾ। ਹਾਂਜੀ ਪਹਿਲਾਂ ਵਾਲੀਆਂ ਵੀ ਦੇਖੀਆਂ ਨੇ, ਇਹ ਤਾਂ ਮਤਲਬ ਸ਼ਾਰਟ ਕੱਟ ਕੱਟ ਕੇ ਲਾਏ ਹੋਏ ਲੱਗਦੇ ਨੇ, ਪਹਿਲਾਂ ਵਾਲੀਆਂ ਤਾਂ ਪਹਿਲਾਂ ਵਾਲੀ ਵੀ ਵਧੀਆ ਸੀ, ਇਹ ਉਹ ਤੋਂ ਹੁਣ ਦੂਏ ਲੋਡ ਬਣਾਈ ਹੋਈ ਹੈ, ਕੱਟ ਕੱਟ ਕੇ ਸ਼ਾਰਟ ਲੱਗਦੇ ਨੇ ਲਾਏ ਹੋਏ ਨੇ। ਹੈ ਜੀ ਸੁਪਰ ਹਿੱਟ ਜਾਊਗੀ ਜੀ, ਅੱਜ ਚਲੇ ਜਾਣੀ ਹੈ ਤਾਂ ਮੈਂ ਕਹਿੰਦਾ। ਹਾਂਜੀ ਪਹਿਲਾਂ ਸ਼ੋਅ ਦੇਖਣਾ ਹੈ ਜੀ। ਸੁਖਵੀਰ ਸਿੰਘ ਨਾਮ ਹੈ। ਹਾਂਜੀ ਹਾਂਜੀ ਦੇਖਣਾ ਜੀ, ਬਹੁਤ ਵਧੀਆ ਲੱਗੀ ਹੈ ਪੂਰੀ ਫਿਲਮ, ਵਧੀਆ ਜੀ, ਸੁਪਰ ਡੁਪਰ ਹਿੱਟ ਹੋਊਗੀ, ਯੋਧਾ ਮੁਕਾਬਲੇ ਬਹੁਤ ਵਧੀਆ। ਹਾਂਜੀ ਪੂਰੀ, ਹਾਂਜੀ ਹਾਊਸ ਫੁੱਲ ਹੈ ਇਹਨੂੰ ਪੂਰਾ ਜੀ, ਹਾਂ ਬਹੁਤ ਵਧੀਆ ਫਿਲਮ ਹੈ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ ਜੀ। ਓਕੇ ਜੀ, ਠੀਕ ਹੈ ਜੀ, ਓਕੇ। ਫਿਰੋਜ਼, ਹਾਂਜੀ ਹਾਂਜੀ ਬਹੁਤ ਵਧੀਆ ਮੂਵੀ ਹੈ ਜੀ ਗਾਂਧੀ ਬਾਈ ਦੀ। ਹਾਂਜੀ ਰਸ਼ ਬਹੁਤ ਹੈ ਜੀ, ਬਹੁਤ ਪਿਆਰ ਦੇ ਰਹੇ ਨੇ ਫਿਲਮ ਨੂੰ, ਮੂਵੀ ਨੂੰ ਲੋਕ। ਸਭ ਤੋਂ ਵਧੀਆ ਗਾਂਧੀ ਬਾਈ ਦੀ ਲੱਗਦੀ ਹੈ ਜੀ, ਉਹ ਦੇਵ ਫਰੋਡ ਦੀ ਕਿਰਦਾਰ ਬਹੁਤ ਵਧੀਆ ਜੀ, ਲੋਕ ਐਵੇਂ ਮਾੜਾ ਕਹਿੰਦੇ ਨੇ ਜੀ, ਗੈਂਗਸਟਰ ਵਾਲਾ ਤਾਂ ਜਮੇ ਨਹੀਂ ਕੰਮ, ਰੋਬਿਨਹੁੱਡ ਬੰਦਾ ਸੀਗਾ ਜੀ, ਇੱਕ ਬਹੁਤ ਵਧੀਆ ਬੰਦਾ ਸੀ ਗਾਂਧੀ ਵੀਰ। ਹਾਂਜੀ ਬਹੁਤ ਲੋਕ ਪਿਆਰ ਦੇ ਰਹੇ ਨੇ ਮੂਵੀ ਨੂੰ। ਮੇਰਾ ਨਾਮ ਨਾਜ਼ਰ ਜੀ। ਬਹੁਤ ਸੁੰਦਰ ਆ ਜੀ ਫਿਲਮ, ਬਹੁਤ ਹੀ ਸੋਹਣੀ ਆ, ਸੁਪਰ ਹਿੱਟ ਫਿਲਮ ਆ ਜੀ, ਬਹੁਤ ਹੀ ਸਿਰਾ ਚੱਲ ਰਹੀ ਹੈ ਜੀ ਫਿਲਮ, ਪੂਰੀ ਘੈਂਟ ਜੀ, ਸੁਪਰ ਹਿੱਟ ਲੱਗੀ ਆ ਫਿਲਮ ਜੀ, ਬਹੁਤ ਸੋਹਣੀ ਮੂਵੀ ਆ ਸਰ, ਇੱਕ ਵਾਰੀ ਜ਼ਰੂਰ ਦੇਖਿਓ ਸਾਰੀ, ਰੀਅਲ ਸਟੋਰੀ ਦਿਖਾਈ ਹੋਈ ਆ, ਜ਼ਰੂਰ ਦੇਖਿਓ ਇੱਕ ਵਾਰੀ, ਸਾਰੀ ਫੈਮਿਲੀ ਵਾਲੀ ਮੂਵੀ ਆ, ਇੱਕ ਵਾਰੀ ਆਪਣੀ ਫੈਮਿਲੀ ਨਾਲ ਜ਼ਰੂਰ ਦੇਖਿਓ ਮੂਵੀ, ਬਹੁਤ ਸੋਹਣੀ ਮੂਵੀ ਆ, ਸੁਪਰ ਹਿੱਟ ਮੂਵੀ ਆ ਸਰ। ਬਹੁਤ ਉਹਨਾਂ ਤੋਂ ਵੀ ਉੱਪਰ ਆ ਸਰ, ਇਹ ਮੂਵੀ ਬਹੁਤ ਸਿਰਾ ਮੂਵੀ ਆ,
ਸਾਰੇ ਦੇਖ ਇੱਕ ਵਾਰੀ ਜ਼ਰੂਰ। ਧੰਨਵਾਦ ਜੀ, ਥੈਂਕ ਯੂ। ਬਹੁਤ ਘੈਂਟ ਆ ਜੀ, ਜਿਹਨਾਂ ਨੇ ਨਹੀਂ ਦੇਖੀ ਦੇਖ ਕੇ ਜਾਣ। ਪਹਿਲਾਂ ਗਾਂਧੀ 1 ਹੀ ਹੈ ਅਤੇ ਹੁਣ ਗਾਂਧੀ 2 ਅਤੇ ਗਾਂਧੀ 3, ਬਹੁਤ ਘੈਂਟ ਆ ਜੀ। ਫਿਲਮਾਂ ਦੇ PVR ਦੇ ਵਿੱਚ ਜ਼ਰੂਰ ਦੇਖ ਕੇ ਜਾਣ ਜਿਹਨਾਂ ਨੇ ਦੇਖਣੀਆਂ। ਹਾਂਜੀ, ਬਹੁਤ ਘੈਂਟ ਰੋਲ ਸੀਗਾ ਜੀ ਦੇਵ ਕਰੋੜ ਜੀ ਦਾ। ਹਾਂਜੀ, ਥੈਂਕ ਯੂ। ਮੇਰਾ ਨਾਮ ਬਲਵੀਰ ਸਿੰਘ ਹੈ ਜੀ। ਬਲਵੀਰ ਜੀ, ਗਾਂਧੀ 3 ਦੇਖਣ ਆਏ ਹੋ ਫਿਲਮ? ਹਾਂਜੀ ਸਰ। ਕਿੱਦਾਂ ਦੀ ਲੱਗਦੀ ਫਿਲਮ? ਸਰ ਬਹੁਤ ਹੀ ਜ਼ਿਆਦਾ ਵਧੀਆ ਫਿਲਮ ਆਈ, ਬਹੁਤ ਹੀ ਜ਼ਿਆਦਾ ਜਿਵੇਂ ਕਹਿ ਸਕਦੇ ਆਪਾਂ ਗਾਂਧੀ 3 ਫਿਲਮ। ਪਹਿਲਾਂ ਵੀ 2 ਫਿਲਮ ਆਈਆਂ ਨੇ ਅਤੇ ਬਹੁਤ ਹੀ ਮਤਲਬ ਵਧੀਆ ਫਿਲਮਾਂ ਨੇ, ਗਾਂਧੀ ਦੇ ਜੀਵਨ ਦੇ ਆਧਾਰਿਤ ਨੇ ਅਤੇ ਬਹੁਤ ਹੀ ਜ਼ਿਆਦਾ ਵਧੀਆ ਫਿਲਮਾਂ ਨੇ। ਜੇਕਰ ਦੇਖਿਆ ਜਾਵੇ ਅੱਜ ਸਮਾਜ ਦੇ ਵਿੱਚ ਜੋ ਕਿ ਕੁੜੀਆਂ ਨਾਲ ਹੋ ਰਹੇ ਨੇ ਸਰ, ਜੇ ਗਾਂਧੀ ਜੀ ਦਾ ਹੁੰਦਾ ਤਾਂ ਸ਼ਾਇਦ ਨਾ ਹੁੰਦੇ। ਜੋ ਆਪਾਂ ਕੈਂਡਲ ਮਾਰਚ ਕੱਢਦੇ ਹਾਂ, ਮੋਮਬੱਤੀਆਂ ਲਾ ਕੇ ਕੱਢਦੇ ਹਾਂ ਆਪਾਂ ਇਹ ਕੈਂਡਲ ਮਾਰਚ, ਇਹ ਨਹੀਂ ਕੱਢਣਾ ਪੈਂਦਾ ਕਿਉਂਕਿ ਉਹ ਬਹੁਤ ਹੀ ਮਤਲਬ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲਾ ਬੰਦਾ ਸੀ ਜੀ, ਬਹੁਤ ਹੀ ਜ਼ਿਆਦਾ ਵਧੀਆ ਬੰਦਾ ਸੀ, ਕੁੜੀਆਂ ਲਈ ਸਭ ਲਈ ਇੱਕ ਸੋਚ ਰੱਖਦਾ ਸੀ ਜੀ। ਅਤੇ ਅੱਜ ਇਹ ਚੀਜ਼ ਦੇਖਣ ਨੂੰ ਨਾ ਮਿਲਦੀ। ਜਿਹੜੇ ਸਾਡੇ ਵੀਰਾਂ ਨੇ ਹਲੇ ਤੱਕ ਗਾਂਧੀ 3 ਫਿਲਮ ਨਹੀਂ ਦੇਖੀ, ਆਓ ਜ਼ਰੂਰ ਦੇਖੋ, ਬਹੁਤ ਹੀ ਜ਼ਿਆਦਾ ਵਧੀਆ ਫਿਲਮ ਆ ਜੀ, ਬਹੁਤ ਹੀ ਜ਼ਿਆਦਾ। ਤੁਹਾਡਾ? ਰੋਬਿਨਪ੍ਰੀਤ ਸਿੰਘ। ਕਿੱਦਾਂ ਦੀ ਲੱਗੀ ਫਿਲਮ ਗਾਂਧੀ 3? ਗਾਂਧੀ 3 ਫਿਲਮ ਵਧੀਆ ਜੀ, ਪਹਿਲੇ 2 ਤੋਂ ਵੀ ਵਧੀਆ ਸੀਗੀ। ਅੱਛਾ, ਹਾਂਜੀ। ਅਤੇ ਤੀਜੀ ਦੇਖ ਕੇ ਆਈ, ਕਿੱਦਾਂ ਦੀ ਲੱਗੀ? ਬਹੁਤ ਸੋਹਣੀ ਫਿਲਮ ਹੈ ਜੀ, ਵਧੀਆ ਫਿਲਮ ਆ ਪੂਰੀ। ਜੇ ਅੱਜ ਦਿਨ ਗਾਂਧੀ ਜੀ ਹੁੰਦਾ ਤਾਂ ਰੇਪ ਰੂਪ ਹੁੰਦੇ ਜਿਹੜੇ ਉਹ ਨਹੀਂ ਹੋਣੇ ਸੀਗੇ, ਕੁੜੀਆਂ ਦੀ ਇੱਜ਼ਤ ਕਰਨ ਵਾਲੇ, ਧੀਆਂ ਭੈਣਾਂ ਇੱਜ਼ਤ ਕਰਨ ਵਾਲਾ ਸੀਗਾ ਜੀ, ਵਧੀਆ ਸੀਗਾ, ਜਾਰੀ ਖੜੇ ਆ, ਵਧੀਆ ਖੜੇ ਜੀ। ਰਸ਼ ਪੈ ਰਿਹਾ ਪੂਰਾ? ਪੂਰਾ ਪੂਰਾ ਜੀ। ਸਾਰੀ ਗੱਲ ਹੀ ਜਾਰੀ ਦੀ ਬਾਈ ਦੀ ਤਾਂ ਵੀ 2 ਮੂਵੀ ਆਈ ਇਹਦੀ, ਉਸ ਤੋਂ ਇਲਾਵਾ ਇਹ ਕੀ ਕਿਸ ਤਰ੍ਹਾਂ ਹਟ ਗਿਆ? ਉਹਦੇ ਤੋਂ ਥੋੜੇ ਹਟ ਗਿਆ, ਪਹਿਲਾਂ ਵਾਲੋ ਜਿਹੜਾ ਸੀਗਾ ਉਹ ਹੋਸਟੈਪ ਸੀਗਾ, ਇਹਦੇ ਵਿੱਚ ਥੋੜਾ ਜਿਹਾ ਕੁੜੀਆਂ ਬਾਰੇ ਸੀਟਾਂ ਸਾਰੀਆਂ ਬੁੱਕ ਸੀਗੀਆਂ। ਹੋਰ ਰਸ ਭਰਾਵਾਂ ਨੂੰ ਲਿਖੀ ਜਾਂਦਾ, ਰਸ ਕਿੰਨਾ ਸੀਗਾ? ਸਾਰਾ ਰਸ ਸੀਗਾ, ਦੇਖੀ ਨੀ ਫਿਲਮ? ਰਹਿ ਗਏ ਸੀ, ਟਿਕਟਾਂ ਸਾਰੀਆਂ ਬੁੱਕ ਸੀਗੀਆਂ। ਲੋਕਾਂ ਨੂੰ ਤਾਂ ਪੁੱਛਿਆ ਹੋਊਗਾ ਆਉਣ ਜਾਣ ਦਾ, ਬੱਟ ਸਾਹਿਬ ਤੇ ਗਏ ਜੇ ਫਰੋਡ ਨੇ ਜਮਾ ਨਿਆਰਾ ਲਿਆ ਤਾ ਜਮਾ। ਦੋ ਮੂਵੀ ਆਈ ਹੈ, ਤੀਜੀ ਮੈਂ ਕਹਿੰਦਾ ਇੱਕ ਹੋਰ ਬਣਾਉਣ ਸਮਾਂ ਨੂੰ ਮੈਂ ਉਹ ਵੀ ਦੇਖੀਏ।
ਮਾਹੌਲ ਮੈਂ ਤਾਂ ਕਹਿੰਦਾ ਵੀ ਸਾਰੇ ਪਰਿਵਾਰ ਨੂੰ ਇਹ ਮੂਵੀ, ਆਪਣੇ ਬੱਚਿਆਂ ਨੂੰ ਇਹ ਮੂਵੀ ਜ਼ਰੂਰ ਦਿਖਾਉਣੀ ਚਾਹੀਦੀ ਹੈ। ਮੂਵੀ ਫੈਮਲੀ ਨਾਲ ਦੇਖਣ ਵਾਲੀ ਹੈ, ਐਸਾ ਨਹੀਂ ਹੈ ਕਿ ਹਾਂ ਵੀ ਕੋਈ ਅਬਿਊਜ਼ ਕਿਹਾ ਜਾਂ ਕੁਛ ਇਸ ਤਰ੍ਹਾਂ ਦਾ, ਕੋਈ ਇਸ ਤਰ੍ਹਾਂ ਦਾ ਕੋਈ ਸੀਨ ਨਹੀਂ ਹੈ, ਬਹੁਤ ਅੱਛੀ ਮੂਵੀ ਹੈ। ਕਿਵੇਂ ਲੱਗੀ ਧੂਰੀ ਦੇ ਵਿੱਚ ਫਿਲਮ ਲੱਗੀ ਹੈ, ਕਿਵੇਂ ਲੱਗਦਾ ਹੈ? ਦੇਖੋ ਜੀ, ਬੇਸਿਕਲੀ ਜਿਹੜੀ ਇਹ ਫਿਲਮ ਗਾਂਧੀ 3, ਆਪਾਂ ਇਹ ਸੋਚਦੇ ਹਾਂ ਵੀ ਸ਼ਾਇਦ ਇਹ ਆਮ ਯੰਗ ਜਨਰੇਸ਼ਨ ਦੇ ਦੇਖਣ ਵਾਲੀ ਹੈਗੀ ਅਤੇ ਆਮ ਲੋਕਾਂ ਦੇ ਦੇਖਣ ਵਾਲੀ ਨਹੀਂ ਹੈਗੀ, ਪਰ ਮੈਂ ਕਹੂੰਗਾ ਇਹ ਸਭ ਨੂੰ ਦੇਖਣੀ ਚਾਹੀਦੀ ਹੈ, ਕਿਉਂਕਿ ਇਹ 'ਚ ਜੋ ਮੈਸੇਜ ਦਿੱਤੇ ਗਏ ਨੇਗੇ ਕਿ ਜੋ ਅੱਜ ਕੱਲ੍ਹ ਸਮਾਜ 'ਚ ਵਿਚਰ ਰਿਹਾ, ਸਪੈਸ਼ਲੀ ਗੈਂਗਸਟਰ ਦਾ ਜ਼ਮਾਨਾ, ਵੀ ਗੈਂਗਸਟਰ ਪੈਦਾ ਕਿਉਂ ਹੁੰਦੇ ਨੇ, ਇਹਨਾਂ ਨੂੰ ਪੈਦਾ ਕਰਨ ਵਾਲਾ ਕੌਣ ਹੈ, ਵੀ ਬੇਸਿਕਲੀ ਇਹ 'ਚ ਇਹੀ ਦਿਖਾਇਆ ਗਿਆ, ਇਹ ਸਭ ਸਰਕਾਰਾਂ ਦੀ ਦੇਣ ਨੇ। ਜਿਵੇਂ ਕਿ ਇਹਦੇ ਵਿੱਚ ਦਿਖਾਇਆ ਗਿਆ ਵੀ ਜੇਲ੍ਹਾਂ ਦੇ ਵਿੱਚ ਕੀ ਹੁੰਦਾ, ਕਿਉਂਕਿ ਸਰਕਾਰ ਨੂੰ, ਪੁਲਿਸ ਨੂੰ ਸਭ ਪਤਾ ਹੁੰਦਾ ਹੈਗਾ ਕਿ ਕਿਹੜਾ ਗੈਂਗਸਟਰ ਕਿੱਥੇ ਪਲਿਆ, ਕੀ ਉਹਦੀ ਬੈਕਗਰਾਊਂਡ ਹੈ। ਪਰ ਗੱਲ ਇਹ ਹੈ ਵੀ ਮੌਕੇ ਦੀਆਂ ਸਰਕਾਰਾਂ ਇੰਨੀਆਂ ਕੁ ਕਮਜ਼ੋਰ ਹੋ ਜਾਂਦੀਆਂ ਨੇ, ਉਹ ਪੁਲਿਸ ਡਿਪਾਰਟਮੈਂਟ ਨੂੰ ਚਾਹ ਕੇ ਵੀ ਆਪਣਾ ਕੰਮ ਨਹੀਂ ਕਰਨ ਦਿੰਦੀਆਂ ਹੈਗੀਆਂ। ਜੇ ਕਿਤੇ ਪੁਲਿਸ ਨੂੰ ਇੱਕ ਆਜ਼ਾਦ ਏਜੰਸੀ ਬਣਾਇਆ ਜਾਵੇ ਤਾਂ ਸ਼ਾਇਦ ਜਿਹੜਾ ਇਹੋ ਜਿਹੇ ਮੈਸੇਜ ਆਪਣੇ ਸਮਾਜ ਦੇ ਵਿੱਚ ਜਾਣ ਤਾਂ ਗੈਂਗਸਟਰਾਂ ਨੂੰ ਠੱਲ ਫਾਈ ਜਾ ਸਕੇ। ਤੁਹਾਡਾ ਜੀ? ਮੇਰਾ ਨਰੇਸ਼ ਕੁਮਾਰ। ਨਰੇਸ਼ ਕੁਮਾਰ ਜੀ, ਕਿਹੜੀ ਜਗ੍ਹਾ ਤੋਂ ਹੈ? ਮੈਂ ਜੀ ਆਪਣੇ ਬੰਗਿਆ ਤੋਂ। ਅਤੇ ਕੀ ਲੱਗਾ ਜੋ ਤੁਸੀਂ ਇੱਥੇ ਪ੍ਰਾਈਮ ਥੀਏਟਰ 'ਚ ਪਹੁੰਚੇ, ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ? ਹਾਂਜੀ ਹਾਂਜੀ, ਵਧੀਆ ਸੀ ਫਿਲਮ। ਕੀ ਸੀ ਫਿਲਮ ਦੇ ਵਿੱਚ ਜਿਹੜਾ ਗਾਂਧੀ 3 ਹੈ, ਉਹ 'ਚ ਕੀ ਸੀ ਖਾਸੀਅਤ ਕੀ ਹੈ? ਵਧੀਆ, ਠੀਕ ਸੀਗੀ, ਸਟੋਰੀ ਸੀਗੀ ਖਿੱਚੀ, ਪਹਿਲਾਂ ਤੋਂ ਅੱਗੇ ਵਧਾਈ ਮਤਲਬ ਸਟੋਰੀ, ਅਤੇ ਭਲਾਈ ਦੇ ਕੰਮ ਕਰ ਰਿਹਾ ਹੈ ਉਹ ਬੇਸ 'ਤੇ, ਵਧੀਆ ਠੀਕ। ਅਤੇ ਫਿਲਮ ਦੇਖ ਕੇ ਕੀ ਸਿੱਖਿਆ ਮਿਲਦੀ ਹੈ ਆਪਾਂ ਨੇ ਇਹ 'ਚੋਂ? ਚੰਗੇ ਕੰਮ ਕਰੋ, ਸਿੱਖਿਆ ਵਾ ਇਹੀ ਆ, ਚੰਗੇ ਕੰਮ ਕਰੋ, ਹੋਰ ਕੀ ਆ। ਹਾਂਜੀ, ਕੋਈ ਖਾਸ ਚੀਜ਼ ਫਿਲਮ ਦੇ ਵਿੱਚ ਜਿਹੜੀ ਕੋਈ ਇੱਦਾਂ ਦਾ ਖਾਸ ਸੀਨ ਹੋਵੇ ਜਿਹ 'ਚੋਂ ਤੁਸੀਂ ਪ੍ਰਭਾਵਿਤ ਹੋਏ ਹੋ? ਨਸ਼ੇ ਨਾ ਕਰੋ, ਇਹੀ ਆ ਮੇਨ। ਹਾਂਜੀ, ਤੁਹਾਡਾ ਜੀ? ਅਮਨਦੀਪ ਸਿੰਘ। ਅਮਨਦੀਪ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਫਵਾੜੇ ਤੋਂ ਜੀ। ਕੀ ਲੱਗਾ ਤੁਹਾਨੂੰ ਜਿਹੜਾ ਗਾਂਧੀ 3 ਫਿਲਮ ਦੇਖਿਆ, ਕਿੱਦਾਂ ਦੀ ਲੱਗੀ ਤੁਹਾਨੂੰ ਸਟੋਰੀ? ਬਹੁਤ ਵਧੀਆ ਫਿਲਮ ਲੱਗੀ। ਕੀ ਦਿਖਾਇਆ 'ਚ, ਕੀ ਲੱਗੀ, ਵਧੀਆ ਕੀ ਲੱਗਾ ਤੁਹਾਨੂੰ? ਆਪਾਂ ਨੂੰ ਲੜਾਈ ਵਧੀਆ ਲੱਗੀ, ਵੀ ਕਿਸੇ ਨਾਲ ਖੜਨਾ ਵਧੀਆ ਲੱਗਿਆ। ਖਾਸ ਸੱਚਾਈ 'ਚ ਖੜਨਾ, ਸਟੈਂਡ ਵਧੀਆ ਸੀ ਜੀ, ਸਟੈਂਡ ਹਰੇਕ ਨਾਲ ਲੈਣਾ ਚਾਹੀਦਾ ਆ। ਸੱਚਾਈ 'ਚ ਖੜਨਾ, ਸੱਚਾਈ 'ਚ ਖੜਨਾ ਚਾਹੀਦਾ ਜੀ। ਹੁਣ ਇਕੱਲਾ ਅਖੀਰਲਾ ਜਿਹੜਾ ਸੀਨ ਸੀ, ਉੱਥੇ ਇਕੱਲੀ ਕੁੜੀ ਰਹਿ ਗਈ ਸੀਗੀ, ਹੁਣ ਜਿੱਦਾਂ ਉਹ ਗਿਆ ਸਟੈਂਡ ਲਿਆ, ਨਹੀਂ ਤਾਂ ਇਕੱਲੇ ਬੰਦੇ ਲਈ ਇੰਨਾ ਬਹੁਤ ਔਖਾ ਜੀ ਕਰਨਾ। ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ, ਵੀ ਦੇਖਣੀ ਚਾਹੀਦੀ ਆ? ਅਪੀਲ ਦੇਖਣ ਦੇ ਲਾਇਆ, ਬਹੁਤ ਵਧੀਆ ਆ, ਦੇਖਣੀ ਚਾਹੀਦੀ ਆ। ਕੀ ਨਾਮ ਤੁਹਾਡਾ ਜੀ? ਜੀ ਮਨ। ਮਨ ਜੀ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਸੁਨਣਾ ਫੜਤ ਜੀ। ਕਿਹੜੀ ਫਿਲਮ ਦੇਖ ਕੇ ਆ ਰਹੇ ਹੋ ਅੱਜ? ਗਾਂਧੀ 3। ਕੀ ਲੱਗਾ ਤੁਹਾਨੂੰ ਗਾਂਧੀ 3 ਦੇਖ ਕੇ, ਕੀ ਸਿੱਖਿਆ ਮਿਲੀ? ਉਹਦਾ ਕਰੈਕਟਰ ਦੱਸਿਆ ਗਿਆ ਆ ਅਤੇ ਗੈਂਗਸਟਰ ਸੀਗੇ, ਬਟ ਗੈਂਗਸਟਰ ਤੋਂ ਵੱਧ ਕੇ ਇੱਕ ਵਧੀਆ ਸਮਾਜ ਸੇਵਕ ਸੀਗੇ, ਅਤੇ ਜਿੱਦਾਂ ਉਹਨਾਂ ਦੀ ਛਵੀ ਦਿਖਾਈ ਗਈ ਆ ਜੀ, ਬਹੁਤ ਵਧੀਆ ਸੀਗੇ। ਹਾਂਜੀ, ਜੇ ਗੱਲ ਕਰੀਏ ਆਪਾਂ, ਤੁਸੀਂ ਗੱਲ ਕੀਤੀ ਹੈ ਜੋ ਗੈਂਗਸਟਰ ਵਾਲੇ ਤੋਂ ਵਧੀਆ ਬੰਦਾ ਬਣੇ, ਤਾਂ ਕੀ ਕੀ ਕਹਿਣਾ ਚਾਹੁੰਦੇ ਹੋ ਫਿਲਮ ਦੇਖ ਕੇ, ਕੀ ਸਿੱਖਿਆ ਮਿਲੀ ਤੁਹਾਨੂੰ 'ਚੋਂ? ਜੀ, ਸਿੱਖਿਆ ਇਹੀ ਮਿਲੀ ਆ ਕਿ ਜੇ ਆਪਣੇ ਸਹੀ ਕੰਮ ਕਰਨੇ ਆ ਤਾਂ ਕਈ ਵੇਲੇ ਗਲਤ ਰਾਹ 'ਤੇ ਵੀ ਤੁਰਨਾ ਪੈਂਦਾ। ਹਾਂਜੀ, ਤਾਂ ਹੋਰ ਇੱਕ ਫਿਲਮ ਦੇ ਵਿੱਚ ਕੀ ਖਾਸੀਅਤ ਸੀ? ਕੋਈ ਖਾਸੀਅਤ ਕੋਈ ਨਹੀਂ ਜੀ,
ਬਸ ਵਧੀਆ ਹੀ ਸੀਗੀ, ਮਤਲਬ ਫੈਮਿਲੀ ਦੇ ਦੇਖਣ ਯੋਗ ਹੈ। ਹਾਂ ਹਾਂ ਫੈਮਿਲੀ ਦੇ ਦੇਖਣ ਯੋਗ ਹੈ, ਕੋਈ ਇੱਦਾਂ ਦੀ ਲਾਈਕ ਇੱਦਾਂ ਨਹੀਂ ਕੋਈ ਮਤਲਬ। ਹਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ, ਦੇਖਣੀ ਚਾਹੀਦੀ ਆ? ਹਾਂ ਦੇਖਣੀ ਚਾਹੀਦੀ ਆ ਆਪਣੇ ਜਿਹੜਾ ਪੰਜਾਬ ਨੂੰ, ਜਿੱਦਾਂ ਯੂਥ ਨੂੰ ਕਈ ਕਹਿ ਰਹੇ ਆ ਕਿ ਹਾਂ ਉਹ ਲਾਈਕ ਜਿੱਦਾਂ ਬੰਦਾ ਨਹੀਂ ਸਹੀ ਸੀਗਾ ਉਸ ਹਿਸਾਬ ਨਾਲ, ਤੇ ਹਾਂ ਠੀਕ ਆ ਦੇਖਣੀ ਚਾਹੀਦੀ ਆ ਜਿਹੜੇ ਹਿਸਾਬ ਨਾਲ ਕਰੈਕਟਰ ਦਿਖਾਇਆ ਗਿਆ, ਤੇ ਕਰੈਕਟਰ ਤਾਂ ਬਹੁਤ ਵਧੀਆ ਜੀ। ਹਾਂਜੀ, ਯਾਨੀ ਜੋ ਰੋਲ ਲੱਗਾ ਤੁਹਾਨੂੰ ਵਧੀਆ ਲੱਗਾ? ਹਾਂਜੀ ਹਾਂਜੀ ਬਹੁਤ ਜ਼ਿਆਦਾ। ਉਹਦੇ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਇਨਸਾਨ ਦੀ? ਸਿੱਖਿਆ ਨਹੀਂ ਮਿਲਦੀ, ਦੇਖਣੀ ਚਾਹੀਦੀ ਸਾਰੀ। ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਾਜੀਵ ਸ਼ਰਮਾ। ਗਾਂਧੀ 3 ਰਿਲੀਜ਼ ਹੋ ਚੁੱਕੀ ਹੈ, ਸੋ ਦੇਖ ਸਕਦੇ ਹੋ ਦਰਸ਼ਕ ਥੀਏਟਰ ਤੋਂ ਬਾਹਰ ਆ ਰਹੇ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਈ ਜੀ ਕਿਸ ਤਰ੍ਹਾਂ ਦੀ ਮੂਵੀ ਹੈ? ਬਾਈ ਜੀ ਕਿੱਦਾਂ ਲੱਗੀ ਮੂਵੀ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿਵੇਂ ਦਾ ਰੋਲ ਸੀਗਾ ਦੇਵ ਕੌਰ ਜੀ ਦਾ? ਬਹੁਤ ਵਧੀਆ ਜੀ, ਪਹਿਲਾਂ ਵਾਂਗੂ। ਹਾਂਜੀ ਠੀਕ ਹੈ ਠੀਕ ਹੈ। ਸੋ ਹੋਰ ਵੀ ਦਰਸ਼ਕ ਆ ਰਹੇ ਨੇ ਬਾਹਰ, ਗੱਲਬਾਤ ਕਰ ਲੈਂਦੇ। ਬਾਈ ਜੀ ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਜੀ। ਅੱਛਾ, ਕਿਹਦਾ ਰੋਲ ਪਸੰਦ ਆਇਆ? ਦੇਵ ਫਰੋੜਾ ਜੀ। ਠੀਕ ਹੈ ਹਾਂਜੀ। ਐਂਟਰਟੇਨਮੈਂਟ? ਹਾਂ ਜੀ ਬਹੁਤ ਵਧੀਆ ਜੀ। ਐਕਸ਼ਨ ਕਿਵੇਂ ਸੀ? ਬਹੁਤ ਵਧੀਆ ਜੀ। ਠੀਕ ਹੈ, ਬਾਈ ਕਿਵੇਂ ਲੱਗੀ ਮੂਵੀ? ਫੁੱਲ ਘੈਂਟ ਆ ਬਾਈ ਸ਼ਰਾ, ਫੁੱਲ ਘੈਂਟ ਆ ਸ਼ਰਾ। ਕੀ ਬਾਤ ਆ, ਤੁਸੀਂ ਦੇਖ ਸਕਦੇ ਹੋ ਦਰਸ਼ਕਾਂ ਨੂੰ ਜਿਹੜੀ ਮੂਵੀ ਹੈਗੀ ਹੈ ਬੇਹਦ ਪਸੰਦ ਆ ਰਹੀ, ਸੋ ਹੋਰ ਵੀ ਗੱਲਬਾਤ ਕਰ ਲੈਂਦੇ ਆ। ਬਾਈ ਜੀ ਬੜੇ ਖੁਸ਼ ਹੋ ਰਹੇ ਨੇ ਗੱਲਬਾਤ ਕਰ ਲੈਂਦੇ। ਬਾਈ ਜੀ ਦੇਵ ਖਰੋੜ ਦਾ ਕੰਮ ਕਿਵੇਂ ਲੱਗਿਆ? ਬਹੁਤ ਬੰਬ ਬਾਬੇ, ਬੰਬ ਬਹੁਤ ਘੈਂਟ ਵੀਰੇ, ਬਹੁਤ ਘੈਂਟ, ਬਹੁਤ ਵਧੀਆ। ਹਾਂਜੀ ਭਾਜੀ ਕਿਵੇਂ ਲੱਗੀ ਮੂਵੀ? ਪੂਰੀ ਬੰਬ ਵੀਰੇ, ਪੂਰੀ ਪੂਰੀ ਕਾਇਮ। ਕੋਈ ਡਾਇਲੋਗ ਕੋਈ ਮਤਲਬ ਵੀਰੇ? ਗਾਂਧੀ ਬਾਈ ਗਾਂਧੀ ਹੋ ਰਹੀ ਹੈ ਬਸ। ਠੀਕ ਹੈ ਠੀਕ ਹੈ। ਸੋ ਹੋਰ ਵੀ ਜਨਤਾ ਦੀ ਗੱਲਬਾਤ ਕਰ ਲੈ। ਬਾਈ ਜੀ ਕਿਵੇਂ ਲੱਗੀ ਮੂਵੀ? ਬਹੁਤ ਵਧੀਆ ਲੱਗੀ ਵੀਰੇ, ਜਿੰਨੇ ਹੰਟਰ ਮਿਲਦਾ ਬਹੁਤ ਵਧੀਆ। ਬਾਕੀ ਨੂੰ ਬਾਅਦ ਦਿਖਾ ਦਿਓ। ਬਾਈ ਜੀ ਕਿਵੇਂ ਲੱਗੀ? ਬਹੁਤ ਵਧੀਆ ਮੂਵੀ, ਵਧੀਆ ਸੀ। ਹਾਂਜੀ ਬਹੁਤ ਵਧੀਆ, ਪਰਫੈਕਟ ਵੀਰੇ। ਪਰ ਭਾਅ ਜੀ ਕਿਵੇਂ ਲੱਗੀ ਮੂਵੀ ਭਾਅ ਜੀ? ਹਾਂ ਬਾਈ ਬਹੁਤ ਸੋਹਣੀ ਜੀ ਮੂਵੀ ਬਾਈ। ਅੱਛਾ ਜੀ, ਬਹੁਤ ਵਧੀਆ ਮੂਵੀ ਵਾਲੇ ਅੱਧੀ ਦੇਖੀ ਆਪਾਂ ਨੇ। ਅੱਛਾ ਅੱਛਾ ਅੱਛਾ, ਬਹੁਤ ਘੈਂਟ ਵਧੀਆ ਯਾਰ। ਸਟੋਰੀ ਜਿਵੇਂ ਬਾਈ ਦੀ ਗਾਂਧੀ ਦੀ ਹੈਗੀ ਸੀਗੀ, ਉਵੇਂ ਬਾਈ ਜਿਵੇਂ ਬਾਈ ਗਾਂਧੀ ਜਾਣੀ ਕਿ ਧੀਆਂ ਭੈਣਾਂ ਨੂੰ ਵਸਾਉਂਦਾ ਸੀਗਾ, ਜਿਵੇਂ ਚੰਗੇ ਕੰਮ ਕਰਦਾ ਸੀ ਉਵੇਂ ਸਾਰਾ ਕੁਝ ਦਿਖਾਇਆ ਗਿਆ। ਸਿਰਿਆ ਗੱਲਬਾਤ ਆ ਪੂਰੀ। ਡਾਇਲੋਗ ਕੋਈ ਯਾਦ ਹੋਵੇ ਕੋਈ ਫਿਲਮ 'ਤੇ ਦੇਖਿਆ ਕੋਈ ਲੋਕ ਹੈਗਾ ਜੀ? ਨਹੀਂ ਹਲ ਤਾਂ ਯਾਰ ਅਸੀਂ ਦੇਖੀ ਆ, ਵਧੀਆ। ਹਾਂ ਇਹਦੂ ਬਾਅਦ ਦੇਖ, ਇਹਦੂ ਬਾਅਦ ਦੱਸਦੇ ਨੇ। ਬਾਲੇ ਘੈਂਟ ਬਾਈ ਜਿਵੇਂ ਸਿਰਿਆ ਗੱਲਬਾਤ ਜਮੀ ਐਂਡ ਗੱਲਬਾਤ ਬਾਈ, ਐਂਡ ਗੱਲਬਾਤ। ਹਾਂ ਸਹੀ। ਸੋ ਭਾਈ ਜੀ ਗਾਂਧੀ 3 ਦੇਖ ਕੇ ਆ ਰਹੇ ਹੋ ਹੈ ਨਾ, ਆਪਾਂ ਕਹਿ ਦਈਏ ਹਾਫ ਫਿਲਮ ਦੇਖ ਲਈ, ਕਿੱਦਾਂ ਦੀ ਰਹੀ? ਬਾਈ ਬਹੁਤ ਸੋਹਣੀ ਫਿਲਮ ਆ ਯਾਰ, ਬਹੁਤ ਜ਼ਿਆਦਾ। ਜਿੰਨੇ ਵੀ ਮਤਲਬ ਕਿ ਐਕਸ਼ਨ ਸ਼ੂਟ ਕੀਤੇ ਨੇ ਬਹੁਤ ਵਧੀਆ ਸੀ ਸਾਰੇ, ਜੇਲ੍ਹ ਵਾਲੇ ਸ਼ੂਟ ਜਿੰਨੇ ਵੀ ਕੀਤੇ ਨੇ, ਅਤੇ ਉਹਨਾਂ ਦੇ ਡਾਇਲੋਗ ਬਹੁਤ ਜ਼ਿਆਦਾ ਘੈਂਟ ਸੀ, ਬਹੁਤ ਜ਼ਿਆਦਾ ਮਜ਼ਾ। ਹਾਂਜੀ ਕਿਵੇਂ ਲੱਗਦਾ ਵੀ ਜਿਹੜੀ ਹਾਫ ਇੰਨਾ ਮਨੋਰੰਜਨ ਵਾਲਾ ਹੈਗਾ ਤਾਂ ਐਂਡ ਵੀ ਵਧੀਆ ਰਹੇਗਾ? ਹਾਂਜੀ ਬਾਈ ਉਮੀਦ ਤਾਂ ਇਹੀ ਹੈ ਵੀ ਐਂਡ ਵੀ ਵਧੀਆ ਹੋਊਗਾ, ਅਤੇ ਕੁਛ ਜਿਹੜੇ ਇਮੋਸ਼ਨਲ ਵੀ ਨੇ ਸੀਨ ਉਹ ਵੀ ਬਹੁਤ ਵਧੀਆ ਸੀ, ਅਤੇ ਮਤਲਬ ਕਿ ਯਾਰੀ ਦੋਸਤੀ ਵੀ ਬਹੁਤ ਵਧੀਆ ਮੈਸੇਜ ਆ ਹੈ ਨਾ, ਵੀ ਆਪਾਂ ਜਲ ਜਿਹਦੇ ਨਾਲ ਵੀ ਆਪਾਂ ਸਾਂਝ ਰੱਖਿਆ, ਜਿੰਨੀ ਕੁ ਸਾਂਝ ਰੱਖਿਆ ਵੀ ਉੰਨੀ ਕੁ ਨਿਭਾਓ, ਇਹ ਚੀਜ਼ ਹੈ। ਹਾਂਜੀ ਭਾਅ ਜੀ ਬਹੁਤ ਵਧੀਆ ਫਿਲਮ ਆ। ਠੀਕ ਹੈ ਭਾਅ ਜੀ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ ਵੀਰੇ, ਵਧੀਆ ਲੱਗੀ। ਹਾਂਜੀ ਹਾਂਜੀ ਠੀਕ ਹੈ। ਭਾਅ ਜੀ ਕੋਈ ਡਾਇਲੋਗ ਕੋਈ ਸੁਣਾਓਗੇ ਮੂਵੀ ਦਾ? ਕੋਈ ਡਾਇਲੋਗ ਬਈ ਯਾਦ ਨਹੀਂ ਰਹਿੰਦਾ ਸਾਨੂੰ, ਡਾਇਲੋਗ ਭੁੱਲੇ ਜਾਂਦੇ। ਹਾਂਜੀ ਹਾਂ ਬਾਈ ਇੰਟਰਵੈਲ ਤੱਕ ਬਹੁਤ ਵਧੀਆ ਫਿਲਮ ਆ, ਅਤੇ ਅੱਗੇ ਵੀ ਉਮੀਦ ਆ ਵੀ ਵਧੀਆ ਹੋਊਗਾ ਐਂਡ ਹੈ ਨਾ। ਫਿਲਮ ਬਾਈ ਬਹੁਤ ਵਧੀਆ ਲੱਗੀ ਆ, ਜਿਹੜੇ ਗਾਂਧੀ ਬਾਈ ਦਾ ਰੋਲ ਆ ਬਹੁਤ ਵਧੀਆ ਰੋਲ ਆ ਗਾਂਧੀ ਬਾਈ ਦਾ, ਇਹ ਆਪਣੇ ਹੱਕਾਂ ਵਾਸਤੇ ਲੜਨਾ ਦੂਸਰਿਆਂ ਵਾਸਤੇ ਲੜਨਾ ਬਹੁਤ ਵੱਡੀ ਗੱਲ ਆ। ਫਿਲਮ ਤੋਂ ਮੈਸੇਜ ਇਹੀ ਆ ਵੀ ਬਾਈ ਦੂਸਰਿਆਂ ਦੇ ਹੱਕਾਂ ਲਈ ਖੜਨਾ ਚਾਹੀਦਾ। ਵੈਸੇ ਬਾਕੀ ਬਹੁਤ ਵਧੀਆ ਫਿਲਮ ਲੱਗਦੀ ਹੈ ਸੀਰਾ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਲੋਕਾਂ ਨੂੰ ਵੀ ਹਾਂ ਦੇਖੋ ਵੱਧ ਤੋਂ ਵੱਧ ਫਿਲਮ, ਬੜੀ ਘੈਂਟ ਆ, ਬਸ ਆਨੰਦ ਮਾਰਿਆ ਪੂਰਾ। ਫਿਲਮ ਬਾਈ ਬਹੁਤ ਸਿਰਾ ਫਿਲਮ ਹੈ, ਲੋਕਾਂ ਨੂੰ ਇਹਦੇ ਤੋਂ ਜਾਗਰੂਕਤਾ ਲੈਣੀ ਚਾਹੀਦੀ ਹੈ ਕਿ ਹੱਕ ਸੱਚ ਦੀ ਲੜਾਈ ਪਿੱਛੇ ਡਰਨਾ ਨਹੀਂ ਚਾਹੀਦਾ ਹੈਗਾ, ਆਪਣੇ ਹੱਕ ਪਿੱਛੇ ਲੜੋ, ਅਤੇ ਨਾ ਗਲਤ ਕੰਮ ਕਰੋ ਅਤੇ ਨਾ ਗਲਤ ਕੰਮ ਹੁੰਦਾ ਦੇਖੋ, ਨਾ ਉਹਨੂੰ ਬਰਦਾਸ਼ਤ ਕਰੋ। ਆਪਾਂ ਨੂੰ ਆਪਣੇ ਲਈ ਸਟੈਂਡ ਲੈਣਾ ਚਾਹੀਦਾ, ਆਪਣੇ ਦੇ ਸਾਹਮਣੇ ਕੋਈ ਗਲਤ ਕਰ ਰਿਹਾ ਉਹਨੂੰ ਰੋਕਣਾ ਚਾਹੀਦਾ, ਉਹਦੇ ਪ੍ਰਤੀ ਜਾਗਰੂਕਤਾ ਰੱਖਣੀ ਚਾਹੀਦੀ ਹੈ। ਅੱਗੇ ਫਿਲਮ ਬਹੁਤ ਸਿਰਾ ਵੀਰੇ, ਬਹੁਤ ਵਧੀਆ ਫਿਲਮ। ਸਨੀ ਸਿੰਘ ਜੀ ਗਾਂਧੀ 3 ਵੇਖੀ ਜੀ, ਰੁਪਿੰਦਰ ਗਾਂਧੀ 3।
ਵਧੀਆ ਮੂਵੀ ਸੀ ਤੇ ਚੰਗਾ ਲੱਗਿਆ ਜੀ ਉਹਨੇ ਆਪਣਾ ਕਿਸੇ ਦੀ ਬਚਾਇਆ ਹੀ ਹੈ ਕਿਸੇ ਨੇ ਜੀ ਮਦਦ ਕੀਤੀ ਹੋਵੇਗੀ ਹਾਂਜੀ ਫਿਲਮ ਵਧੀਆ ਸੀ ਜੀ ਠੀਕ ਸੀ ਜੀ ਮੇਰਾ ਨਾਮ ਮਨਜੋਤ ਸਿੰਘ ਆ ਰਵਿੰਦਰ ਗਾਂਧੀ ਹੈ ਵੀਰੇ ਵਧੀਆ ਫਿਲਮ ਆ ਯਾਰ ਇਹਦੇ ਵਿੱਚ ਇਨਸਾਫ ਦੱਸਦੇ ਨੇ ਵੀ ਬੰਦੇ ਨਾਲ ਸਹੀ ਕਰੋ ਸਹੀ ਵਰਤੋ ਹੈ ਨਾ ਵੀ ਕਿਸੇ ਨਾਲ ਧੱਕਾ ਨਾ ਕਰੋ ਗਲਤ ਨਾ ਕਰੋ ਕਿਸੇ ਬੰਦੇ ਨਾਲ ਆਪਦੇ ਹੱਕ ਦੇ ਲਈ ਖੜੋ ਬਸ ਆਹੀ ਕੁਛ ਸਿਖਾਇਆ ਆਪਾਂ ਨੂੰ ਲੋਕ ਮਾੜਾ ਕਹਿੰਦੇ ਨੇ ਵੀ ਬਦਮਾਸ਼ੀ ਕਰਦੇ ਨੇ ਇਹ ਕਰਦੇ ਨੇ ਬਦਮਾਸ਼ੀ ਨਹੀਂ ਗੀ ਵੀਰੇ ਉਹ ਬੰਦਾ ਆਪਦੇ ਹੱਕਾਂ ਲਈ ਲੜਦਾ ਹੁੰਦਾ ਦੇਵ ਕਰੋੜ ਦਾ ਰੋਲ ਤੁਹਾਨੂੰ ਪਹਿਲਾਂ ਵੀਰੇ ਗਾਂਧੀ ਫਿਲਮ ਆਈਆਂ ਨੇ ਸਾਰੇ ਵਧੀਆ ਹੁੰਦਾ ਰੋਲ ਦਾ ਉਹਦਾ ਬਹੁਤ ਸਾਰਾ ਫਿਲਮ ਆ ਯਾਰ ਕੱਲੇ ਲਾ ਰਹੇ ਨੇ ਪੂਰੇ ਬਸ ਇੱਕ ਬੰਦੇ ਦੀ ਘਾਟ ਮਾਰ ਗਈ ਭੋਲੀ ਦੀ ਉਹ ਜਗਜੀਤ ਸੰਧੂ ਉਹ ਮੇਰੇ ਨਾਲ ਜਿਹੜੇ ਕਲੋਨਾ ਕਰਦਾ ਨਾ ਉਹਦਾ ਬਸ ਸਹੀ ਲੱਗਦੇ ਨੇ ਚਲੋ ਠੀਕ ਹੈ ਜੀ ਦੇਵ ਕਰੋੜ ਦੀ ਫਿਲਮ ਦੇਖ ਕੇ ਕਿਵੇਂ ਲੱਗਿਆ ਫਿਲਮ ਬਹੁਤ ਵਧੀਆ ਹੈ ਅਤੇ ਦੇਵ ਕਰੋੜ ਦਾ ਕੰਮ ਜਿਹੜਾ ਸਾਡਾ ਇੱਕ ਤਾਂ ਪਟਿਆਲੇ ਤੋਂ ਹੀਰੋ ਹੈ ਇਹਨਾਂ ਨੂੰ ਪਟਿਆਲਾ ਨਿਵਾਸੀ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਚੜ੍ਹ ਕੇ ਫਿਲਮ ਦੇਖਣ ਫਿਲਮ ਬਹੁਤ ਵਧੀਆ ਬਣਾਈ ਪਈ ਹੈ ਇਹਦੀ ਸਟੋਰੀ ਅੱਛੀ ਹੈ